ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਵਿੱਤਰ ਓਟ ਆਸਰਾ ਲੈ ਕੇ ਅੱਜ ਕੌਮ ਦੇ ਵਿੱਚ ਇੱਕ ਬਹੁਤ ਹੀ ਭਖ ਰਹੇ ਮੁੱਦੇ ਨਾਨਕਸ਼ਾਹੀ ਕੈਲੰਡਰ ਦੇ ਉੱਪਰ ਵਿਚਾਰ ਚਰਚਾ ਵਾਰਤਾਲਾਪ ਔਰ ਉਸ ਕੈਲੰਡਰ ਦੇ ਅਹਿਮ ਤੱਥਾਂ ਨੂੰ ਜਾਣਨ ਵਾਸਤੇ ਇਕੱਤਰ ਹੋਏ ਸਮੂਹ ਵੀਰੋ ਔਰ ਭੈਣੋ, ਇਸ ਵਾਰਤਾਲਾਪ ਵਿਚਾਰ ਚਰਚਾ ਦੇ ਬਾਰੇ ਗੱਲ ਆਰੰਭ ਕਰਨ ਤੋਂ ਪਹਿਲਾਂ ਔਰ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲੰਦ ਕਰੀਏ। ਕੋਈ ਰਸਨਾ ਵਾਂਝੀ ਨਾ ਰਹੇ, ਗੱਜ ਕੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਨਕ ਸ਼ਾਹੀ ਕੈਲੰਡਰ ਮੇਰੇ ਖਿਆਲ ਦੇ ਨਾਲ ਸਮੁੱਚੇ ਸਿੱਖ ਚੇਤਨ ਵਰਗ ਦੇ ਵਿੱਚ ਭਾਵੇਂ ਉਹ ਨਾਨਕ ਸ਼ਾਹੀ ਕੈਲੰਡਰ ਤੋਂ ਜਾਣਕਾਰ ਹੈ ਜਾਂ ਫਿਰ ਇਸ ਕੈਲੰਡਰ ਦੇ ਬਾਰੇ ਵਾਕਫੀਅਤ ਨਹੀਂ ਰੱਖਦਾ, ਸਮੁੱਚੇ ਸਿੱਖ ਜਗਤ ਦੇ ਵਿੱਚ ਨਾਨਕ ਸ਼ਾਹੀ ਕੈਲੰਡਰ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਔਰ ਪਿਛਲੇ ਸਮੇਂ ਦੇ ਵਿੱਚ ਵਾਪਰੀਆਂ ਘਟਨਾਵਾਂ ਨੇ ਇਸ ਮੁੱਦੇ ਨੂੰ ਹੋਰ ਵੀ ਗੰਭੀਰ ਇਸ ਕਰਕੇ ਕਰ ਦਿੱਤਾ ਹੈ ਕਿ ਹਰ ਸਿੱਖ ਦੀ ਮਾਨਸਿਕਤਾ ਦੇ ਵਿੱਚ ਇੱਕ ਸਵਾਲ ਜ਼ਰੂਰ ਉੱਭਰਿਆ ਹੈ ਕਿ ਜਿਹੜਾ ਵੀ ਧਾਰਮਿਕ ਵਿਅਕਤੀ ਅੱਜ ਸਿੱਖ ਕੌਮ ਦੀ ਵਿਲੱਖਣ ਹਸਤੀ ਦੀ ਗੱਲ ਕਰਦਾ ਹੈ ਜਾਂ ਫਿਰ ਉਹ ਸਿੱਖ ਕੌਮ ਦੇ ਨਿਆਰੇਪਣ ਦੀ ਗੱਲ ਕਰਦਾ ਹੈ ਔਰ ਇੱਥੋਂ ਦੇ ਰਾਜਸੀ ਨਿਜ਼ਾਮ ਦੇ ਵਿੱਚ ਸਹਿਮਤੀ ਪ੍ਰਗਟ ਨਹੀਂ ਕਰਦਾ ਤਾਂ ਉਹਨੂੰ ਆਪਣੇ ਧਾਰਮਿਕ ਅਹੁਦੇ ਤੋਂ ਫਾਰਗ ਹੋਣਾ ਪੈਂਦਾ ਹੈ। ਪਿਛਲੇ ਦਹਾਕੇ ਦੇ ਵਿੱਚ ਵੀ ਭਾਵੇਂ ਇਹ ਘਟਨਾਵਾਂ ਵਾਪਰੀਆਂ, ਭਾਵੇਂ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਰਣਜੀਤ ਸਿੰਘ ਹੋਣਾ ਦਾ ਮਸਲਾ ਸੀ, ਉਸ ਤੋਂ ਬਾਅਦ ਸਿੰਘ ਸਾਹਿਬ ਜੋਗਿੰਦਰ ਸਿੰਘ ਵੇਦਾਂਤੀ ਦਾ ਮਸਲਾ ਸਾਹਮਣੇ ਆਇਆ ਅਤੇ ਹੁਣ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਆਨੰਦਗੜ੍ਹ ਹੋਣਾ ਦਾ ਮਸਲਾ ਸਾਡੇ ਸਾਹਮਣੇ ਹੈ। ਸੋ ਇਹ ਪਿਛਲੇ ਦਹਾਕੇ ਦੇ ਵਿੱਚ ਵਾਪਰੀਆਂ ਘਟਨਾਵਾਂ ਨੇ ਸਾਡੇ ਸਾਹਮਣੇ ਜਾਂ ਸਾਡੀ ਮਾਨਸਿਕਤਾ ਦੇ ਵਿੱਚ ਇੱਕ ਸਵਾਲ ਜ਼ਰੂਰ ਪੈਦਾ ਕਰ ਦਿੱਤਾ ਹੈ ਕਿ ਇੱਥੇ ਧਾਰਮਿਕ ਅਹੁਦੇਦਾਰ ਜਾਂ ਧਾਰਮਿਕ ਅਹਿਲਕਾਰ ਜਾਂ ਫਿਰ ਧਾਰਮਿਕ ਨੁਮਾਇੰਦਾ ਵੀ ਉਨਾ ਚਿਰ ਤੱਕ ਉਸ ਦਾਇਰੇ 'ਚ ਰਹਿ ਕੇ ਹੀ ਧਾਰਮਿਕ ਨੁਮਾਇੰਦਗੀ ਕਰ ਸਕਦਾ ਹੈ ਜਿੰਨਾ ਚਿਰ ਉਹ ਇੱਥੋਂ ਦੇ ਰਾਜਸੀ ਪ੍ਰਭੂਆਂ ਦੇ ਹੁਕਮ ਦੇ ਵਿੱਚ ਜਾਂ ਹਾਂ ਦੇ ਵਿੱਚ ਹਾਂ ਮਿਲਾਉਂਦਾ ਹੈ। ਜੇਕਰ ਸਪਸ਼ਟ ਕਹਿ ਲਿਆ ਜਾਵੇ ਕਿ ਜਿਹੜਾ ਸਿੱਖ ਧਰਮ ਦਾ ਸਿਧਾਂਤ ਜਿਹੜਾ ਸਾਨੂੰ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਸੀ ਕਿ ਧਰਮ ਅਧੀਨ ਰਾਜਨੀਤੀ, ਉਸ ਦਾ ਬਿਲਕੁਲ ਉਲਟ ਫੇਰ ਹੋ ਗਿਆ ਹੈ ਅਤੇ ਹੁਣ ਅਸੀਂ ਕਹਿ ਸਕਦੇ ਹਾਂ ਕਿ ਰਾਜਨੀਤੀ ਦੇ ਅਧੀਨ ਧਰਮ ਹੈ। ਬੇਸ਼ੱਕ ਕਿ ਇਵੇਂ ਦੇ ਵਰਤਾਰੇ ਕੌਮਾਂ ਦੀਆਂ ਜ਼ਿੰਦਗੀਆਂ 'ਚ ਕਈ ਵਾਰੀ ਵਾਪਰਦੇ ਨੇ, ਕਈ ਤਾਨਾਸ਼ਾਹ ਪੈਦਾ ਹੁੰਦੇ ਨੇ, ਕਈ ਤਾਨਾਸ਼ਾਹ ਚਲੇ ਜਾਂਦੇ ਨੇ, ਪਰ ਇਸ ਵਾਰੀ ਜਿਸ ਮੁੱਦੇ ਨੂੰ ਲੈ ਕੇ ਇਹ ਸਮੁੱਚਾ ਵਰਤਾਰਾ ਜਿਹੜਾ ਉਹ ਵਾਪਰਿਆ ਹੈ ਜਿਸ ਦੇ ਨਾਲ ਸਿੱਖ ਕੌਮ ਦੇ ਜਿਹੜੇ ਹਿਰਦੇ ਨੇ ਬੜੇ ਵਲੂੰਦਰੇ ਨੇ ਉਹ ਹੈ ਨਾਨਕ ਸ਼ਾਹੀ ਕੈਲੰਡਰ ਦਾ ਮਸਲਾ। ਜਦੋਂ ਅਸੀਂ ਨਾਨਕ ਸ਼ਾਹੀ ਕੈਲੰਡਰ ਦੇ ਜਾਣਕਾਰ, ਅਣਜਾਣ, ਸਹਿਮਤੀ ਵਾਲੇ, ਅਸਹਿਮਤੀ ਵਾਲੇ ਜਾਂ ਇਸ ਦੇ ਵਿਰੋਧ ਦੇ ਵਿੱਚ ਖੜ੍ਹੇ ਵੀਰਾਂ ਦਾ ਅਧਿਐਨ ਕਰਦੇ ਹਾਂ, ਉਹਨਾਂ ਦੀ ਮਾਨਸਿਕਤਾ ਅਧਿਐਨ ਕਰਦੇ ਹਾਂ, ਤਾਂ ਮੇਰੇ ਖਿਆਲ ਦੇ ਨਾਲ ਸਾਡੇ ਸਾਹਮਣੇ ਕੋਈ ਤਿੰਨ ਚਾਰ ਤਰ੍ਹਾਂ ਦੇ ਲੋਕ ਆ ਜਾਂਦੇ ਨੇ। ਇੱਕ ਤਾਂ ਉਹ ਲੋਕ ਨੇ ਜਿਹੜੇ ਪੂਰੀ ਤਰ੍ਹਾਂ ਦੇ ਨਾਲ ਇਸ ਭੂਗੋਲਿਕ ਔਰ ਖਗੋਲਿਕ ਵਰਤਾਰਿਆਂ ਤੋਂ ਜਾਣੂ ਨੇ ਔਰ ਉਹਨਾਂ ਨੂੰ ਪਤਾ ਹੈ ਕਿ ਨਾਨਕ ਸ਼ਾਹੀ ਕੈਲੰਡਰ ਹੈ ਕੀ, ਇਸ ਦੀ ਲੋੜ ਕੀ ਹੈ, ਭਵਿੱਖ ਦੇ ਵਿੱਚ ਕੌਮ ਨੂੰ ਇਸ ਦਾ ਫਾਇਦਾ ਕੀ ਹੋਵੇਗਾ ਅਤੇ ਜੇਕਰ ਨਾਨਕ ਸ਼ਾਹੀ ਕੈਲੰਡਰ ਮੂਲ ਰੂਪ ਦੇ ਵਿੱਚ ਲਾਗੂ ਨਹੀਂ ਕੀਤਾ ਜਾਂਦਾ ਤਾਂ ਇਸ ਦੇ ਨੁਕਸਾਨ ਕੀ ਹੋਣਗੇ। ਸੋ ਇੱਕ ਉਹਨਾਂ ਵੀਰਾਂ ਦਾ ਵਰਗ ਹੈ ਜਿਹੜੇ ਸੁਹਿਰਦ ਵੀ ਨੇ, ਸੁਚੇਤ ਵੀ ਨੇ, ਅਤੇ ਮੈਂ ਇੱਕ ਬੇਨਤੀ ਹੋਰ ਕਰ ਦੇਵਾਂ ਕਿ ਕੁਛ ਲੋਕ ਉਹ ਨੇ ਜਿਹੜੇ ਇਸ ਸੁਚੇਤ ਵਰਗ ਦੇ ਵਿੱਚ ਵੀ ਧੜਾਬੰਦੀ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹ ਲੋਕ ਨੇ ਜਿਹੜੇ ਕਦੀ ਇਸ ਨੂੰ ਮਿਸ਼ਨਰੀ ਜਾਂ ਕਦੀ ਟਕਸਾਲੀ ਧੜੇ ਦੇ ਨਾਲ ਜੋੜਦੇ ਨੇ। ਔਰ ਮੈਂ ਇੱਕ ਗੱਲ ਦੱਸ ਦੇਵਾਂ ਕਿ ਉਹਨਾਂ ਲੋਕਾਂ ਦੀ ਇਸ ਮੁੱਦੇ ਦੇ ਉੱਪਰ ਸਮੁੱਚੀ ਕੌਮੀਅਤ ਨੂੰ ਵੰਡਣ ਦੀ ਜਿਹੜੀ ਸਾਜ਼ਿਸ਼ ਹੈ ਔਰ ਉਹਦਾ ਆਧਾਰ ਵੀ ਬਿਲਕੁਲ ਗਲਤ ਹੈ, ਕਿਉਂਕਿ ਜਿਸ ਵੇਲੇ 1 ਜਨਵਰੀ ਨੂੰ ਨਾਨਕ ਸ਼ਾਹੀ ਕੈਲੰਡਰ ਦੇ ਮੁੱਦੇ ਦੇ ਉੱਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਇਕੱਠ ਹੋਇਆ ਸੀ ਉਹਦੇ ਵਿੱਚ ਸਿੱਖ ਮਿਸ਼ਨਰੀ ਕਾਲਜਾਂ ਦੇ ਨੁਮਾਇੰਦੇ ਵੀ ਸਨ, ਸਿੱਖ ਸਕਾਲਰ ਵੀ ਸਨ, ਸਿੱਖ ਪ੍ਰਚਾਰਕ ਵੀ ਸਨ ਅਤੇ ਦਮਦਮੀ ਟਕਸਾਲ ਨਾਲ ਸੰਬੰਧਿਤ ਸਿੰਘ ਵੀ ਉੱਥੇ ਸਨ। ਸੋ ਪਹਿਲੀ ਗੱਲ ਤਾਂ ਹੈ ਕਿ ਅਸੀਂ ਸਾਰੇ ਸੁਚੇਤ ਵਰਗ ਇੱਥੇ ਬੈਠੇ ਹੋਏ ਹਾਂ, ਇਸ ਗੱਲ ਨੂੰ ਜ਼ਰੂਰ ਸਮਝੀਏ ਕਿ ਅਸੀਂ ਇਸ ਮੁੱਦੇ ਦੇ ਉੱਪਰ ਧਾਰਮਿਕ ਧੜੇਬੰਦੀ ਨੂੰ ਜਨਮ ਨਹੀਂ ਦੇਣਾ। ਸੋ ਇਹ ਸੁਚੇਤ ਵਰਗ ਦਾ ਫਰਜ਼ ਬਣ ਜਾਂਦਾ ਹੈ। ਦੂਜਾ ਉਹ ਵਰਗ ਹੈ ਜਿਹੜਾ ਕਿ ਸੁਚੇਤ ਤਾਂ ਹੈ ਪਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਧਾਰਮਿਕ ਜਾਂ ਰਾਜਨੀਤਿਕ ਧੜੇਬੰਦੀ ਦਾ ਸ਼ਿਕਾਰ ਹੈ, ਜਿਹਨੂੰ ਇਹ ਪਤਾ ਹੈ ਕਿ ਨਾਨਕ ਸ਼ਾਹੀ ਕੈਲੰਡਰ ਲਾਗੂ ਹੋਣਾ ਚਾਹੀਦਾ ਹੈ, ਜਿਹਨੂੰ ਇਹ ਪਤਾ ਹੈ ਕਿ ਨਾਨਕ ਸ਼ਾਹੀ ਕੈਲੰਡਰ ਦੇ ਵਿੱਚ ਕੀ ਖੂਬੀਆਂ ਨੇ,
ਜਿਸ ਨੂੰ ਪਤਾ ਹੈ ਕਿ ਨਾਨਕਸ਼ਾਹੀ ਕੈਲੰਡਰ ਕੌਮ ਦੀ ਲੋੜ ਹੈ ਅਤੇ ਜਿਸ ਨੂੰ ਇਹ ਵੀ ਪਤਾ ਹੈ ਕਿ ਜੇਕਰ ਇਹ ਕੈਲੰਡਰ ਲਾਗੂ ਨਹੀਂ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਕੌਮ ਦੇ ਇਤਿਹਾਸ ਇਤਿਹਾਸਕ ਵਰਤਾਰਿਆਂ ਦੇ ਉੱਪਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਕ ਬੁਰਾ ਅਸਰ ਪਵੇਗਾ। ਔਰ ਮੈਂ ਤਾਂ ਕਹਿ ਸਕਦਾ ਕਿ ਉਸ ਵਰਗ ਉਹ ਵੀ ਹੈ ਜਿਨ੍ਹਾਂ ਨੇ ਜਦੋਂ ਨਾਨਕਸ਼ਾਹੀ ਕੈਲੰਡਰ ਮੂਲ ਰੂਪ ਦੇ ਵਿੱਚ ਜਦੋਂ ਲਾਗੂ ਹੋਇਆ ਸੀ ਅਤੇ ਉਸ ਦੇ ਉੱਪਰ ਬਕਾਇਦਾ ਦਸਤਖਤ ਵੀ ਕੀਤੇ ਨੇ, ਪਰ ਅੱਜ ਉਹ ਆਪਣੇ ਰਾਜਸੀ ਆਕਾਵਾਂ ਨੂੰ ਜਾਂ ਰਾਜਸੀ ਪ੍ਰਭੂਆਂ ਨੂੰ ਖੁਸ਼ ਕਰਨ ਦੇ ਵਾਸਤੇ ਬਿਲਕੁਲ ਇਸ ਮੁੱਦੇ ਦੇ ਉੱਪਰ ਚੁੱਪ ਧਾਰੀ ਬੈਠਾ ਹੈ ਅਤੇ ਜਾਂ ਫਿਰ ਉਹਨਾਂ ਰਾਜਸੀ ਪ੍ਰਭੂਆਂ ਦੀ ਹਾਂ ਦੇ ਵਿੱਚ ਹਾਂ ਮਿਲਾ ਰਿਹਾ। ਇੱਕ ਤੀਸਰਾ ਵਰਗ ਉਹ ਹੈ ਸਾਡਾ ਪਿੰਡਾਂ ਦੇ ਵਿੱਚ ਬੈਠਾ ਆਮ ਵਰਗ, ਜਿਸ ਵਰਗ ਨੇ ਜਦੋਂ 2003 ਦੇ ਵਿੱਚ ਇਹ ਕੈਲੰਡਰ ਲਾਗੂ ਹੋਇਆ ਸੀ ਉਦੋਂ ਵੀ ਉਹਦੀ ਹਾਂ ਦੇ ਵਿੱਚ ਹਾਂ ਮਿਲਾ ਦਿੱਤੀ, ਜਦੋਂ ਹੁਣ ਇਸ ਨੂੰ ਬਿਲਕੁਲ ਖਤਮ ਕਰ ਦਿੱਤਾ ਗਿਆ, ਕਹਿ ਸਕਦੇ ਹਾਂ ਕਿ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਦਿੱਤਾ ਗਿਆ, ਤਾਂ ਉਦੋਂ ਵੀ ਹਾਂ ਦੇ ਵਿੱਚ ਹਾਂ ਮਿਲਾਈ ਜਾ ਰਹੀ ਹੈ। ਇਹ ਸਾਡਾ ਪਿੰਡਾਂ ਦੇ ਵਿੱਚ ਬੈਠਾ ਅਚੇਤ ਜਿਹਾ ਵਰਗ ਹੈ ਅਤੇ ਮੈਂ ਸੋਚਦਾ ਕਿ ਇਹ ਉਹ ਵਰਗ ਹੈ ਜਿਹਦੀ ਆਪਣੀ ਜਗ੍ਹਾ ਦੇ ਉੱਪਰ ਬਹੁਤ ਵੱਡੀ ਅਹਿਮੀਅਤ ਹੈ। ਕਿਉਂਕਿ ਮਾਫ਼ ਕਰਨਾ, ਮੈਂ ਅਕਸਰ ਸੈਮੀਨਾਰਾਂ ਦੇ ਵਿੱਚ, ਅਕਸਰ ਵਾਰਤਾਲਾਪਾਂ ਦੇ ਵਿੱਚ, ਗੋਸ਼ਟੀਆਂ ਦੇ ਵਿੱਚ ਜਦੋਂ ਇਵੇਂ ਦੇ ਮੁੱਦਿਆਂ ਦੇ ਉੱਪਰ ਚਰਚਾ ਕਰਨ ਵਾਸਤੇ ਇਕੱਤਰ ਹੋਏ ਵੀਰਾਂ ਵੱਲ ਵੇਖਦਾ ਹੈ ਤਾਂ ਇੱਕ ਗੱਲ ਦੀ ਤਾਂ ਮਨ ਨੂੰ ਪ੍ਰਸੰਨਤਾ ਹੁੰਦੀ ਹੈ ਕਿ ਵੀਰਾਂ ਦੇ ਵਿੱਚ ਕੌਮ ਦੇ ਇਹੋ ਜਿਹੇ ਸੰਵੇਦਨਸ਼ੀਲ ਮੁੱਦਿਆਂ ਨੂੰ ਲੈ ਕੇ ਜਾਂ ਕੌਮ ਦੇ ਵਿੱਚ ਇਵੇਂ ਦੇ ਪਾਏ ਜਾ ਰਹੇ ਭਰਮ ਭੁਲੇਖਿਆਂ ਨੂੰ ਲੈ ਕੇ ਚੇਤਨਤਾ ਕਾਫੀ ਹੱਦ ਤੱਕ ਜਿਹੜੀ ਹੈ ਉਹ ਜਨਮ ਲੈ ਰਹੀ ਹੈ। ਪਰ ਸਮੱਸਿਆ ਇਹ ਹੈ ਕਿ ਇਸ ਚੇਤਨਤਾ ਨੇ ਤਾਂ ਅਚੇਤ ਲੋਕਾਂ ਨੂੰ ਆਪਣੇ ਨਾਲ ਤੋਰਨ ਦੇ ਵਾਸਤੇ, ਜਾਗਰੂਕ ਕਰਨ ਦੇ ਵਾਸਤੇ ਉਹਨਾਂ ਲੋਕਾਂ ਤੱਕ ਪਹੁੰਚ ਕਰਨੀ ਸੀ। ਉੱਥੇ ਮੈਂ ਸਮਝਦਾ ਚਾਹੇ ਮੈਂ ਹਾਂ ਚਾਹੇ ਉਹ ਸਾਡਾ ਬਾਕੀ ਪ੍ਰਚਾਰਕ ਵਰਗ ਹੈ, ਅਸੀਂ ਆਪਣੀ ਜ਼ਿੰਮੇਵਾਰੀ ਤੋਂ ਕਤਾਹੀ ਕਰ ਰਹੇ ਹਾਂ ਕਿ ਉਹ ਲੋਕ ਪਿੰਡਾਂ ਦੇ ਆਮ ਜਨ ਸੰਧਾਰਨ ਜਿਹੜੇ ਕਿ ਨਾਨਕਸ਼ਾਹੀ ਕੈਲੰਡਰ ਦੀਆਂ ਬਰੀਕੀਆਂ ਕੀ ਨੇ, ਇਹਦਾ ਫਾਇਦਾ ਕੀ ਹੈ, ਜੇ ਇਸ ਨੂੰ ਲਾਗੂ ਨਹੀਂ ਕੀਤਾ ਜਾਂਦਾ ਇਹਦਾ ਨੁਕਸਾਨ ਕੀ ਹੋਵੇਗਾ, ਉਹ ਇਸ ਸਮੱਸਿਆ ਤੋਂ ਬਿਲਕੁਲ ਅਚੇਤ ਨੇ। ਅਸੀਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਹੋ ਕਿ ਇਹਦੇ ਵਿਰੋਧੀ ਨੇ, ਨਹੀਂ ਉਹਨਾਂ ਨੂੰ ਦੱਸਿਆ ਹੀ ਨਹੀਂ ਗਿਆ। ਜਦੋਂ ਤੁਸੀਂ 2003 ਦੇ ਵਿੱਚ ਇਸ ਕੈਲੰਡਰ ਨੂੰ ਲਾਗੂ ਕੀਤਾ ਸੀ ਉਹਨਾਂ ਨੇ ਲੋਕਾਂ ਨੇ ਉਦੋਂ ਵੀ ਹਾਂ ਦੇ ਵਿੱਚ ਹਾਂ ਮਿਲਾਈ, ਅੱਜ ਜਦੋਂ ਇਸ ਦਾ ਕਤਲ ਕਰ ਦਿੱਤਾ ਗਿਆ ਅਤੇ ਉਹਨਾਂ ਨੇ ਜਿਸ ਤਰ੍ਹਾਂ ਆਮ ਲੋਕ ਕਹਿ ਰਹੇ ਨੇ ਉਹਨਾਂ ਨੇ ਉਸੇ ਤਰ੍ਹਾਂ ਦਿਹਾੜੇ ਮਨਾਉਣੇ ਸ਼ੁਰੂ ਕਰ ਦਿੱਤੇ ਨੇ। ਸੋ ਇਹ ਤੀਸਰਾ ਵਰਗ ਹੈ ਜਿਹਦੇ ਉੱਪਰ ਸਾਨੂੰ ਖਾਸ ਕਰਕੇ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਜਿਹੜਾ ਅਕਸਰ ਸੈਮੀਨਾਰਾਂ 'ਚ ਜਿਸ ਮੁੱਦੇ ਉੱਪਰ ਕੋਈ ਸੈਮੀਨਾਰ ਹੋ ਰਿਹਾ ਹੋਵੇ ਉਸ ਮੁੱਦੇ 'ਚ ਦਿਲਚਸਪੀ ਰੱਖਣ ਵਾਲੇ ਜਦੋਂ ਲੋਕ ਆਉਂਦੇ ਨੇ ਤਾਂ ਤਕਰੀਬਨ ਉਸ ਮੁੱਦੇ ਪ੍ਰਤੀ ਸੁਚੇਤ ਹੁੰਦੇ ਨੇ। ਪਰ ਸਾਡਾ ਜਿਹੜਾ ਫਰਜ਼ ਬਣਦਾ ਹੈ ਉਹ ਫਰਜ਼ ਹੈ ਕਿ ਜਿਹੜੇ ਅਚੇਤ ਵੀਰ ਨੇ, ਜਿਹੜੇ ਪਿੰਡਾਂ 'ਚ ਬੈਠੇ ਸਾਡੇ ਵੀਰ ਨੇ, ਉਹਨਾਂ ਨੂੰ ਜਗ੍ਹਾ ਜਗ੍ਹਾ ਜਾ ਕੇ ਇਹ ਗੱਲ ਦੱਸੀ ਜਾਵੇ ਕਿ ਨਾਨਕਸ਼ਾਹੀ ਕੈਲੰਡਰ ਦੀ ਲੋੜ ਕੀ ਹੈ। ਉਸ ਤੋਂ ਬਾਅਦ ਜਿਹੜਾ ਚੌਥਾ ਵਰਗ ਹੈ ਜਿਸ ਨੂੰ ਮੈਂ ਇੱਕ ਖਤਰਨਾਕ ਵਰਗ ਗਿਣਦਾ ਹੈ, ਜਿਹੜਾ ਸਾਡਾ ਅਜੋਕਾ ਅੱਜ ਧਾਰਮਿਕ ਸੰਤ ਸਮਾਜ ਜਾਂ ਬਹੁਤਾਤ ਸਾਡੇ ਪ੍ਰਚਾਰਕ ਵੀਰਾਂ ਦੀ ਬੋਲੀ ਦੇ ਵਿੱਚ ਸੰਤ ਯੂਨੀਅਨ ਕਹਿ ਲਈਏ, ਉਹ ਨੁਕਸਾਨਦੇਹ ਇਸ ਕਰਕੇ ਹੈ ਕਿ ਇਹ ਨਹੀਂ ਹੈ ਕਿ ਉਹਨਾਂ ਕੋਲ ਸਾਧਨ ਨਹੀਂ ਹੈ ਕਿ ਉਹ ਇਸ ਮੁੱਦੇ ਨੂੰ ਸਮਝ ਨਹੀਂ ਸਕਦੇ, ਇਹ ਵੀ ਨਹੀਂ ਹੈ ਕਿ ਉਸ ਕਿਸੇ ਸਕਾਲਰ ਨੂੰ ਸੱਦ ਕੇ ਇਸ ਖਗੋਲ ਜਾਂ ਭੂਗੋਲਿਕ ਜਿਹੜੀ ਪ੍ਰਕਿਰਿਆ ਹੈ ਉਹਨੂੰ ਸਮਝਣ ਤੋਂ ਅਸਮਰੱਥਾ ਰੱਖਦੇ ਨੇ, ਇਹ ਵੀ ਕਾਰਨ ਨਹੀਂ ਹੈ ਕਿ ਉਹਨਾਂ ਦੇ ਕੋਲ ਕੋਈ ਸਾਧਨ ਨਹੀਂ ਹੈ। ਸਮੱਸਿਆ ਇਹ ਹੈ ਕਿ ਉਹਨਾਂ ਦੀ ਬ੍ਰਾਹਮਣਵਾਦੀ ਵਿਚਾਰਧਾਰਾ ਦੇ ਅਧੀਨ ਜਿਹੜੀ ਮੈਂ ਨਾ ਮਾਨੂ ਦੀ ਮੱਠ ਹੈ, ਰੱਟ ਲੱਗੀ ਹੈ, ਉਹ ਜਿਹੜੀ ਮੈਂ ਨਾ ਮਾਨੂ ਦੀ ਰੱਟ ਹੈ ਉਹ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਇਸ ਕੈਲੰਡਰ ਨੂੰ ਮਾਨਤਾ ਦੇਣ ਦੇ ਵਾਸਤੇ ਯਤਨ ਨਹੀਂ ਕਰਨ ਦੇ ਰਹੀ। ਉਹਦਾ ਕਾਰਨ ਇਹ ਹੈ ਕਿ ਉਹਨਾਂ ਦੇ ਪਿੱਛੇ ਵੀ ਇੱਕ ਤੰਤਰ ਹੈ, ਜਿਸ ਤੰਤਰ ਦੇ ਅਧੀਨ ਉਹਨਾਂ ਨਾ ਸਿੱਖ ਧਰਮ ਨੂੰ ਇੱਕ ਨਿਆਰੀ ਅਤੇ ਵਿਲੱਖਣ ਹਸਤੀ ਦੇ ਰੂਪ 'ਚ ਨਹੀਂ ਵੇਖਣਾ ਚਾਹੁੰਦੇ। ਕਈ ਵਾਰੀ ਤਾਂ ਮੈਂ ਉਹਨਾਂ ਦੀ ਸੋਚ ਤੋਂ ਵੀ ਬੜਾ ਹੈਰਾਨ ਹੋ ਜਾਂਦਾ ਹੈ। ਕਈ ਵਾਰੀ ਉਹਨਾਂ ਦੇ ਬਿਆਨ ਪੜ੍ਹਦਾ ਹੈ ਕਿ ਧਾਰਾ 25 ਜਿਹੜੀ ਹੈ ਉਹਦੇ 'ਚ ਸੋਧ ਕਰਕੇ ਸਿੱਖਾਂ ਨੂੰ ਇੱਕ ਵੱਖਰੀ ਕੌਮ ਦੀ ਜਿਹੜੀ ਹਿੰਦੁਸਤਾਨ ਦੇ ਵਿੱਚ ਵਿਲੱਖਣ ਹਸਤੀ ਦਾ ਜਿਹੜਾ ਦਰਜਾ ਉਹ ਦੇਣਾ ਚਾਹੀਦਾ ਹੈ, ਅਤੇ ਦੂਜੇ ਬੰਨੇ ਜੇ ਸਿੱਖਾਂ ਦੀ ਨਿਆਰੀ ਹਸਤੀ ਦੀ ਗੱਲ ਨਾਨਕਸ਼ਾਹੀ ਕੈਲੰਡਰ ਦੇ ਰੂਪ 'ਚ ਵੀ ਆਉਂਦੀ ਹੈ ਉਸ ਦੀ ਵਿਰੋਧਤਾ ਕਰਦੇ ਨੇ। ਸੋ ਇਹ ਜਿਹੜਾ ਉਹਨਾਂ ਦਾ ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਆਪਣੇ ਪ੍ਰਤੀ ਆਪਣਾ ਹੀ ਆਪਾ ਵਿਰੋਧ ਹੈ, ਉਹਦੇ ਤੋਂ ਉਹਨਾਂ ਦੀ ਜਿਹੜੀ ਉਹ ਬਿੱਲੀ ਹੈ ਉਹ ਜ਼ਰੂਰ ਥੈਲੇ 'ਚੋਂ ਬਾਹਰ ਆ ਜਾਂਦੀ ਹੈ ਕਿ ਕਿਤੇ ਨਾ ਕਿਤੇ ਦਾਲ 'ਚ ਕਾਲਾ ਹੈ, ਕਿਤੇ ਨਾ ਕਿਤੇ ਉਹਨਾਂ ਦੇ ਉੱਪਰ ਕੋਈ ਹੋਰ ਤੰਤਰ ਅਸਰ ਅੰਦਾਜ਼ ਹੈ, ਕਿਉਂਕਿ ਉਹ ਸਿੱਖ ਬਾਣਿਆਂ 'ਚ, ਸਿੱਖ ਪਹਿਰਾਵੇ 'ਚ, ਸਿੱਖ ਭੇਖ ਦੇ ਵਿੱਚ ਜੋ ਕੁਛ ਕਰ ਰਹੇ ਨੇ ਉਹ ਸਿੱਖ ਫਲਸਫੇ ਜਾਂ ਸਿੱਖ ਵਿਚਾਰਧਾਰਾ ਦੇ ਨਾਲ ਮੇਲ ਨਹੀਂ ਖਾਂਦਾ।
ਸੋ ਉਸ ਵਰਤਾਰੇ ਦੇ ਵਿੱਚ ਇਹ ਵੇਖਣਾ ਪਵੇਗਾ ਕਿ ਉਹਦੇ ਪਿੱਛੇ ਕਿਹੜਾ ਤੰਤਰ ਯਤਨਸ਼ੀਲ ਹੈ ਕਿ ਜਿਹੜਾ ਸਾਡੇ ਉਹ ਸਿੱਖ ਪਹਿਰਾਵਿਆਂ ਦੇ ਵਿੱਚ ਬੜੇ ਸੋਹਣੇ ਸੋਹਣੇ ਵਸਤਰ ਪਾਉਣ ਵਾਲੇ ਬਾਬਿਆਂ ਨੂੰ ਮਜਬੂਰ ਕਰਦਾ ਹੈ ਕਿ ਉਹ ਸਿੱਖਾਂ ਦੀ ਵਿਲੱਖਣ ਅਤੇ ਨਿਆਰੀ ਹੋਣ ਦੀ ਨਾ ਗੱਲ ਕਰ ਸਕਣ, ਤਾਂ ਮੇਰੇ ਖਿਆਲ ਦੇ ਨਾਲ ਉਹ ਉਹੀ ਤੰਤਰ ਹੈ ਜਿਹੜਾ ਹਿੰਦੁਸਤਾਨ ਨੂੰ ਹਿੰਦੂਤਵ ਹਿੰਦੀ ਹਿੰਦੂ ਹਿੰਦੁਸਤਾਨ ਦੀ ਵਿਚਾਰਧਾਰਾ ਦੇ ਵਿੱਚ ਡੁਬਾਉਣਾ ਚਾਹੁੰਦਾ ਹੈ। ਸਪਸ਼ਟ ਸ਼ਬਦਾਂ ਦੇ ਵਿੱਚ RSS ਔਰ ਉਸ ਦਾ ਤੰਤਰ, ਕਿਉਂਕਿ ਜਿਸ ਵੇਲੇ 2003 ਦੇ ਵਿੱਚ ਨਾਨਕਸ਼ਾਹੀ ਕੈਲੰਡਰ ਦੀ ਗੱਲ ਆਈ ਸੀ ਤਾਂ ਉਸ ਵੇਲੇ ਸਭ ਤੋਂ ਪਹਿਲਾਂ RSS ਦੇ ਮੁਖੀ ਵੱਲੋਂ ਇਹ ਬਿਆਨ, ਪਹਿਲਾ ਬਿਆਨ ਤਾਂ ਇਹ ਸੀ ਕਿ ਨਾਨਕਸ਼ਾਹੀ ਕੈਲੰਡਰ ਜਿਹੜਾ ਸਿੱਖਾਂ ਵੱਲੋਂ ਲਾਗੂ ਕੀਤਾ ਜਾ ਰਿਹਾ ਉਹ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਹੈ। ਖਿਆਲ ਕਰਿਓ, ਇਸਲਾਮ ਦਾ ਹਿਜ਼ਰੀ ਕੈਲੰਡਰ ਕੋਈ ਖਤਰਾ ਨਹੀਂ, ਸਰਕਾਰ ਦਾ ਸਾਕਾ ਕੈਲੰਡਰ ਕੋਈ ਖਤਰਾ ਨਹੀਂ, ਈਸਾਈਆਂ ਦਾ ਜਿਹੜਾ ਗ੍ਰੈਗੋਰੀਅਨ ਕੈਲੰਡਰ ਹੈ ਉਹ ਕੋਈ ਖਤਰਾ ਨਹੀਂ, ਪਰ ਜੇ ਸਿੱਖ ਕੌਮ ਆਪਣੇ ਵੱਖਰੇ ਕੈਲੰਡਰ ਦੀ ਗੱਲ ਕਰਦੀ ਹੈ ਤਾਂ ਉਹ ਇਹਨਾਂ ਨੂੰ ਖਤਰਾ ਹੈ। ਦੂਸਰਾ, ਉਹਨਾਂ ਵੱਲੋਂ ਜਦੋਂ ਇਹ ਪਤਾ ਲੱਗ ਗਿਆ ਕਿ ਇਹਨਾਂ ਦੇ ਰਾਜਸੀ ਆਕਰ ਰਾਜਸੀ ਕੁਰਸੀ ਦੇ ਕਰਕੇ ਸਾਡੇ ਅਧੀਨ ਨੇ, ਤਾਂ 2003 ਦੇ ਵਿੱਚ ਹੀ ਇੱਕ ਅਖਬਾਰ ਦੇ ਵਿੱਚ ਬਿਆਨ ਛਪਿਆ ਸੀ ਕਿ ਕੁਛ ਵੀ ਹੋ ਜਾਵੇ ਅਸੀਂ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਨਹੀਂ ਹੋਣ ਦੇਵਾਂਗੇ। ਅਤੇ ਸਾਡੇ ਤਖਤਾਂ ਦੇ ਇੱਕ ਜਥੇਦਾਰ ਜਿਨ੍ਹਾਂ ਨੇ ਤਾਂ ਹੁਕਮਨਾਮੇ ਵੀ ਗੁੰਨੇ ਤੋਂ ਲਾਗੂ ਕਰਨੇ ਸ਼ੁਰੂ ਕਰ ਦਿੱਤੇ ਸੀ, ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਕਿ ਨਾਨਕ ਸ਼ਾਹੀ ਜੰਤਰੀ ਹਿੰਦੂ ਸਿੱਖਾਂ 'ਚ ਪਾੜਾ ਪਾ ਕੇ ਹਿੰਦੁਸਤਾਨ ਦੇ ਵਿੱਚ ਫਸਾਦ ਖੜ੍ਹੇ ਕਰ ਦੇਵੇਗੀ। ਇਹ ਸਾਡੇ ਅਖੌਤੀ ਜਥੇਦਾਰਾਂ ਦੇ ਬਿਆਨ ਸੀ। ਇਹ ਤੋਂ ਹੋਰ ਅੱਗੇ ਚਲੇ ਜਾਈਏ ਤਾਂ ਇਹ ਕੇਵਲ ਜਿਹੜੀ ਗੱਲ ਸੀ ਉਹ ਅਖਬਾਰੀ ਬਿਆਨਬਾਜ਼ੀਆਂ ਤੱਕ ਹੀ ਸੀਮਤ ਨਹੀਂ ਰਹੀ, ਬਲਕਿ ਉਹਨਾਂ ਸਮਿਆਂ ਦੇ ਵਿੱਚ ਇੱਕ ਪੈਂਫਲਿਟ ਛਾਪ ਕੇ ਪੂਰੇ ਪੰਜਾਬ ਦੇ ਵਿੱਚ ਵੰਡਿਆ ਗਿਆ ਸੀ, ਜਿਹੜਾ ਕਿ ਸੰਨਿਆਸੀ ਆਰਟ ਪ੍ਰੈਸ ਬਠਿੰਡਾ ਦਾ ਛਪਿਆ ਹੋਇਆ ਸੀ। ਉਹਦਾ ਟਾਈਟਲ ਸੀ ਸਿੱਖਸ ਆਰ ਦਾ ਪਾਰਟ ਐਂਡ ਪਾਰਸਲ ਆਫ ਹਿੰਦੂ ਸੋਸਾਇਟੀ। ਉਹਦੇ ਵਿੱਚ ਬੜੇ ਹਵਾਲੇ ਦਿੱਤੇ ਗਏ ਸੀ ਕਿ ਸਿੱਖ ਹਿੰਦੂ ਧਰਮ ਦਾ ਅੰਗ ਕਿਵੇਂ ਨੇ, ਕਿਤੇ ਸਿੱਖਾਂ ਨੂੰ ਵੇਦਾਂ ਦੇ ਗਿਆਤਾ ਜਾਂ ਵੇਦਾਂ ਨੂੰ ਮੰਨਣ ਵਾਲੇ ਕਿਹਾ ਗਿਆ, ਕਿਤੇ ਗੁਰਬਾਣੀ ਨੂੰ ਵੇਦਾਂ ਦਾ ਸਾਰ ਕਿਹਾ ਗਿਆ, ਜਪਜੀ ਸਾਹਿਬ ਨੂੰ ਗੀਤਾ ਦਾ ਸਾਰ ਕਿਹਾ ਗਿਆ, ਇਸੇ ਤਰ੍ਹਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪਿਤਾ ਦੇ ਸਰਾਧ ਦੀ ਗੱਲ ਕੀਤੀ ਗਈ ਐਰਨੈਸ ਟਰੰਪ ਦੇ ਹਵਾਲੇ ਦੇ ਕੇ। ਇਸ ਤੋਂ ਇਲਾਵਾ ਹਰਿਮੰਦਰ ਸਾਹਿਬ ਦੀ ਜਿਹੜੀ ਉਸ ਵੇਲੇ ਦੀ ਇਮਾਰਤ ਸਾਜੀ ਸੀ ਉਹਨੂੰ ਕਿਹਾ ਗਿਆ ਕਿ ਇਹ ਹਿੰਦੂ ਮੰਦਰ ਦਾ ਨਮੂਨਾ ਹੈ। ਬਹੁਤ ਐਸੀਆਂ ਉਦਾਹਰਨਾਂ ਸੀ, ਪਰ ਉਹਦੇ ਵਿੱਚ ਇੱਕ ਅਹਿਮ ਗੱਲ ਸੀ, ਉਹ ਮੈਂ ਹਿੰਦੀ ਦੇ ਸ਼ਬਦ ਤੁਹਾਡੇ ਨਾਲ ਸਾਂਝੇ ਕਰਦਾ ਹਾਂ। ਸਿੱਖੋਂ ਕਾ ਕਾਲ ਗਲਨਾ ਕਾ ਆਧਾਰ ਵਹੀ ਹੈ ਜੋ ਬਾਕੀ ਸ਼ੇਸ਼ ਹਿੰਦੂ ਸਮਾਜ ਕਾ ਹੈ। ਦੂਜੇ ਸ਼ਬਦਾਂ ਵਿੱਚ ਸਿੱਖਸ ਆਰ ਯੂਜ਼ਿੰਗ ਦਾ ਸੇਮ ਕੈਲੰਡਰ ਐਸ ਦਾ ਹਿੰਦੂਸ, ਭਾਵ ਕਿ ਸਿੱਖ ਉਹੀ ਕਾਲ ਗਣਨਾ ਨੂੰ ਜਾਂ ਉਸੇ ਕੈਲੰਡਰ ਨੂੰ ਆਪਣੇ ਕਾਰ ਵਿਹਾਰ ਜਾਂ ਧਾਰਮਿਕ ਤਿਉਹਾਰਾਂ ਨੂੰ ਮਨਾਉਣ ਦੇ ਵਿੱਚ ਵਰਤਦੇ ਨੇ ਜਿਹੜਾ ਹਿੰਦੂਆਂ ਵੱਲੋਂ ਵਰਤਿਆ ਜਾਂਦਾ ਹੈ। ਸੋ ਨੁਕਤਾ ਤਾਂ ਬੜਾ ਛੋਟਾ ਜਿਹਾ, ਜੇਕਰ ਤੁਹਾਨੂੰ ਸਮਝ ਆ ਚੁੱਕਾ ਹੋਵੇ ਕਿ ਜਿਹੜਾ ਸੁਹਿਰਦ ਵਰਗ ਹੈ ਉਹ ਤਾਂ ਚਾਹੁੰਦਾ ਕੈਲੰਡਰ ਲਾਗੂ ਹੋ ਜਾਵੇ, ਜਿਹੜਾ ਅਚੇਤ ਹੈ ਉਹਨੂੰ ਦੱਸਣ ਦੀ ਲੋੜ ਹੈ, ਜਿਹੜਾ ਸੁਚੇਤ ਵੀ ਹੈ ਉਹ ਰਾਜਸੀ ਗੁਲਾਮੀ ਦਾ ਸ਼ਿਕਾਰ ਹੈ, ਅਤੇ ਜਿਹੜਾ ਇਹਦੀ ਡਟ ਕੇ ਵਿਰੋਧਤਾ ਕਰ ਰਿਹਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ RSS ਦੇ ਤੰਤਰ ਦੇ ਨਾਲ ਜੁੜਿਆ ਹੋਇਆ। ਹੁਣ ਜੇਕਰ ਅਸੀਂ ਆਪਣੇ ਸਿੱਖ ਕੈਲੰਡਰ ਦੀ ਗੱਲ ਕਰਦੇ ਹਾਂ ਤਾਂ ਬਹੁਤ ਐਸੇ ਸਕਾਲਰ ਵੀ ਨੇ, ਮੈਂ ਨਾਮ ਤਰੀਕ ਸਕਾਲਰ ਕਹਾਂਗਾ, ਜਿਨ੍ਹਾਂ ਨੇ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਇਹਦਾ ਨੁਕਸਾਨ ਕੀ ਹੈ ਜਿਸ ਜਿਹੜਾ ਪਹਿਲਾ ਕੈਲੰਡਰ ਚੱਲਦਾ ਸੀ ਜਿਸ ਰੂਪ ਦੇ ਵਿੱਚ ਇਹਨੂੰ ਚੱਲਣ ਦਿੱਤਾ ਜਾਵੇ। ਅਤੇ ਮਾਫ਼ ਕਰਨਾ, ਨੁਕਸਾਨ ਤਾਂ ਅਸੀਂ ਪੜਾਵਾਰ ਗੱਲ ਕਰਾਂਗੇ, ਨੁਕਸਾਨ ਤਾਂ ਬਹੁਤ ਵਾਰੀ ਹੋ ਚੁੱਕਾ ਹੈ, ਕਿਉਂਕਿ ਗੁਰੂ ਕਾਲ ਦੇ ਸਮੇਂ ਵੀ ਜੇਕਰ ਅਸੀਂ ਪੁਰਾਤਨ ਤਰੀਕਾਂ ਦੀ ਜਾਂ ਸਿੱਖਾਂ ਦੇ ਜਿਹੜਾ ਇਤਿਹਾਸ ਦਾ ਜਿਹੜਾ ਕ੍ਰੋਨੋਗ੍ਰਾਫਿਕ ਫੇਸ ਹੈ ਜਦੋਂ ਅਸੀਂ ਉਹਦੀ ਗੱਲ ਕਰਦੇ ਹਾਂ ਤਾਂ ਗੁਰੂ ਕਾਲ ਦੇ ਸਮੇਂ ਦੇ ਵਿੱਚ ਵੀ ਚੰਦਰ ਸੂਰਜੀ ਅਤੇ ਸੂਰਜੀ ਬਿਕਮੀ ਕੈਲੰਡਰ ਜਿਹੜੀਆਂ ਨੇ ਉਹਦੀਆਂ ਤਰੀਕਾਂ ਸਾਡੇ ਸਾਹਮਣੇ ਆ ਜਾਂਦੀਆਂ ਨੇ। ਇਹ 'ਚ ਕੋਈ ਸ਼ੱਕ ਨਹੀਂ ਕਿ ਸਾਡਾ ਜਿਹੜੀਆਂ ਇਤਿਹਾਸਿਕ ਤਾਰੀਖਾਂ ਵਾਲੀਆਂ ਨੇ ਬਹੁਤ ਥਾਵਾਂ 'ਤੇ ਉਹ ਐਸੇ ਹਿੰਦੂਵਾਦ ਦਾ ਸ਼ਿਕਾਰ ਹੋਈਆਂ ਨੇ ਕਿ ਅਸੀਂ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਸੁਧੀ ਔਰ ਵਧੀ ਦੇ ਨਾਲ ਜੋੜ ਕੇ ਵੇਖਦੇ ਹਾਂ, ਚਾਹੇ ਉਹ ਚੰਦ ਦੇ ਆਧਾਰਿਤ ਜਿਹੜੀਆਂ ਤਰੀਕਾਂ ਨੇ, ਕਿਉਂਕਿ ਚੰਦਰ ਆਧਾਰਿਤ ਜਿਹੜੀਆਂ ਤਰੀਕਾਂ ਵਾਲੀ ਹੈ ਉਹਨੂੰ ਬਹੁਤ ਥਾਵਾਂ 'ਤੇ ਅਸੀਂ ਆਪਣੇ ਤਿਉਹਾਰਾਂ ਦਾ ਜਾਂ ਆਪਣੇ ਗੁਰਪੁਰਬਾਂ ਦਾ ਆਧਾਰ ਬਣਾ ਲਿਆ, ਜਿਸ ਕਰਕੇ ਪਿਛਲੇ ਸਮੇਂ ਦੇ ਵਿੱਚ ਸਾਨੂੰ ਸਭ ਤੋਂ ਵੱਡੀ ਕਠਿਨਾਈ ਦਾ ਸਾਹਮਣਾ ਕਰਨਾ ਪਿਆ। ਨਾਨਕਸ਼ਾਹੀ ਕੈਲੰਡਰ ਨੇ ਸਾਨੂੰ ਉਸ ਕਠਿਨਾਈ ਤੋਂ ਮੁਕਤ ਕੀਤਾ, ਅੱਜ ਫਿਰ ਅਸੀਂ ਉਸੇ ਪਾਸੇ ਤੁਰੇ ਹੋਏ ਹਾਂ, ਕਿਉਂਕਿ ਜਿਹੜਾ ਚੰਦਰਮਾ ਹੈ ਚੰਦਰਮਾ ਧਰਤੀ ਦੇ ਦੁਆਲੇ ਘੁੰਮਦਾ ਹੈ, ਅਤੇ ਜਿੰਨੇ ਤਿਉਹਾਰਾਂ ਦਾ ਸਾਡਿਆਂ ਦਾ ਸੰਬੰਧ ਮੱਸਿਆ ਜਾਂ ਪੂਰਨਮਾਸ਼ੀ ਦੇ ਨਾਲ ਹੁੰਦਾ ਹੈ, ਜਿਵੇਂ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਜਿਹੜਾ ਪ੍ਰਗਟ ਦਿਵਸ ਹੈ ਉਹ ਅਸੀਂ ਕੱਤਕ ਦੀ ਪੂਰਨਮਾਸ਼ੀ ਨੂੰ ਮਿੱਥਿਆ ਹੋਇਆ ਹੈ, ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਪ੍ਰਗਟ ਦਿਵਸ ਹੈ ਉਹ ਅਸੀਂ
ਪੋਸ਼ ਦੀ ਸਤਵੀ ਨੂੰ ਮਿੱਥ ਬੈਠੇ ਹਾਂ। ਸੋ ਇਸ ਪਰੰਪਰਾ ਦੇ ਵਿੱਚ ਜਿਹੜਾ ਚੰਦਰ ਆਧਾਰਿਤ ਸਾਲ ਦੇ ਉੱਪਰ ਅਸੀਂ ਆਪਣੇ ਦਿਨ ਜਿਹੜੇ ਨੇ ਉਹ ਮਨਾਉਣੇ ਸ਼ੁਰੂ ਕਰ ਦਿੱਤੇ ਨੇ, ਉਹਨਾਂ ਦੇ ਨਾਲ ਸਾਡੀ ਸਭ ਤੋਂ ਵੱਡੀ ਸਮੱਸਿਆ ਇੱਥੋਂ ਸ਼ੁਰੂ ਹੋ ਜਾਂਦੀ ਹੈ ਕਿ ਜਿਹੜਾ ਚੰਦਰਮਾ ਹੈ ਉਹ ਧਰਤੀ ਦੇ ਦੁਆਲੇ ਜਿਹੜਾ ਆਪਣਾ ਚੱਕਰ ਹੈ, ਜਿਸ ਤਰ੍ਹਾਂ ਕਿ ਤੁਸੀਂ ਇਸ ਸਾਰੀ ਇਸ ਗ੍ਰਾਫਿਕ ਜਿਹੜੀ ਪ੍ਰੈਜੈਂਟੇਸ਼ਨ ਉਹਦੇ 'ਚ ਵੇਖ ਸਕਦੇ ਹੋ ਕਿ ਚੰਦਰਮਾ ਧਰਤੀ ਦੇ ਦੁਆਲੇ ਜਦੋਂ ਚੱਕਰ ਲਾਉਂਦਾ ਹੈ ਤਾਂ ਉਹ ਆਪਣਾ ਚੱਕਰ ਜਿਹੜਾ ਹੈ ਉਹ 29.53 ਦਿਨ 'ਚ ਪੂਰਾ ਕਰਦਾ। ਸੋ 29.53 ਦਿਨ ਉਹਦਾ ਉਹ ਫੇਜ਼ ਹੁੰਦਾ ਹੈ ਜਦੋਂ ਉਹਦਾ ਆਕਾਰ ਵੀ ਸਾਨੂੰ ਛੋਟਾ ਵੱਡਾ ਨਜ਼ਰ ਆਉਂਦਾ ਹੈ। ਉਹ ਛੋਟਾ ਵੱਡਾ ਆਕਾਰ ਜਿਹੜਾ ਨਜ਼ਰ ਆਉਂਦਾ ਹੈ ਉਹਦਾ ਕਾਰਨ ਇਹ ਹੁੰਦਾ ਹੈ ਕਿ ਚੰਦਰਮਾ ਦੀ ਆਪਣੀ ਕੋਈ ਰੋਸ਼ਨੀ ਨਹੀਂ ਹੈ, ਪਰ ਜਦੋਂ ਸੂਰਜ ਦੀ ਰੋਸ਼ਨੀ ਚੰਦਰਮਾ 'ਤੇ ਪੈਂਦੀ ਹੈ ਅਤੇ ਫਿਰ ਦੁਬਾਰਾ ਧਰਤੀ ਵੱਲੋਂ ਰਿਫਲੈਕਟ ਹੁੰਦੀ ਹੈ ਤਾਂ ਉਹਦਾ ਜਿਹੜਾ ਸਾਨੂੰ ਆਕਾਰ ਨਜ਼ਰ ਆਉਂਦਾ ਹੈ ਜਿਸ ਜਿਸ ਗੋਲਾਕਾਰ ਦਿਸ਼ਾ ਦੇ ਵਿੱਚ ਉਹ ਹੁੰਦਾ ਹੈ, ਉਸੇ ਕਰਕੇ ਜਦੋਂ ਸਾਨੂੰ ਪੂਰਾ ਉਹਦਾ ਆਕਾਰ ਨਜ਼ਰ ਆਉਂਦਾ ਹੈ ਅਸੀਂ ਪੂਰਨਮਾਸ਼ੀ ਕਹਿ ਦਿੰਦੇ ਹਾਂ, ਅਤੇ ਜਦੋਂ ਉਹਦਾ ਆਕਾਰ ਸਾਨੂੰ ਅੱਧਾ ਨਜ਼ਰ ਆਉਂਦਾ ਹੈ ਅਸੀਂ ਉਹਨੂੰ ਅਰਧ ਚੰਦਰਮਾ ਕਹਿ ਦਿੰਦੇ ਹਾਂ, ਜਦੋਂ ਬਿਲਕੁਲ ਨਜ਼ਰ ਨਹੀਂ ਆਉਂਦਾ ਉਸ ਵੇਲੇ ਅਸੀਂ ਮੱਸਿਆ ਕਹਿ ਲੈਂਦੇ। ਸੋ ਉਹ ਪੂਰੇ ਚੰਦਰ ਤੋਂ ਪੂਰੇ ਚੰਦਰਮਾ ਤੱਕ, ਪੂਰਨਮਾਸ਼ੀ ਤੋਂ ਪੂਰਨਮਾਸ਼ੀ ਜਿਹਨੂੰ ਚਾਨਣਾ ਪੱਖ ਕਿਹਾ ਜਾਂਦਾ ਹੈ, ਜਾਂ ਫਿਰ ਪੂਰੇ ਹਨੇਰੇ ਤੋਂ ਮੱਸਿਆ ਤੱਕ ਜਿਹੜਾ ਪੂਰਾ ਹਨੇਰਾ ਪੱਖ ਕਿਹਾ ਜਾਂਦਾ ਹੈ। ਗੁਰਬਾਣੀ ਦੇ ਵਿੱਚ ਵੀ ਇਹ ਗੱਲ ਬੜੀ ਸਪਸ਼ਟ ਹੈ, ਸੱਸ ਘਰ ਸੂਰ ਵਸੇ ਮਿੱਟੇ ਅੰਧਿਆਰਾ, ਕਿ ਜਦੋਂ ਰੋਸ਼ਨੀ ਉਦੋਂ ਪੈਦਾ ਹੁੰਦੀ ਹੈ ਚੰਦਰਮਾ ਦੀ, ਸਾਨੂੰ ਉਦੋਂ ਉਹ ਪ੍ਰਕਾਸ਼ਮਾਨ ਲੱਗਦਾ ਹੈ ਜਦੋਂ ਉਹਦੇ ਵਿੱਚ ਸੂਰਜ ਦੀ ਰੋਸ਼ਨੀ ਜਿਹੜੀ ਹੈ ਉਹ ਵਸਦੀ ਹੈ। ਸੋ ਉਹ ਜਿਹੜੀ ਉਹਦੀ ਇੱਕ ਚਾਨਣੇ ਪੱਖ ਤੋਂ ਚਾਨਣੇ ਪੱਖ ਜਾਂ ਹਨੇਰੇ ਪੱਖ ਤੋਂ ਹਨੇਰੇ ਪੱਖ ਜਾਣ ਦੀ ਜਿਹੜੀ ਪ੍ਰਕਿਰਿਆ ਹੈ ਉਹ ਜਿਹੜੀ ਹੈ ਉਹ 29.53 ਦਿਨ ਦੇ ਵਿੱਚ ਪੂਰੀ ਹੁੰਦੀ ਹੈ। ਸੋ ਉਹਨੂੰ ਜੇ ਇੱਕ ਅਸੀਂ ਮਹੀਨਾ ਮੰਨ ਲਈਏ ਅਤੇ ਜਦੋਂ ਤੁਸੀਂ ਉਹਨੂੰ 12 ਦੇ ਨਾਲ ਗੁਣਾ ਕਰਕੇ ਵੇਖੋਗੇ ਤਾਂ ਇਹਦਾ ਮਤਲਬ ਕਿ ਜਿਹੜੇ ਚੰਦਰ ਸਾਲ ਦੇ ਜਿਹੜੇ ਦਿਨ ਬਣੇ ਉਹ ਇੱਕ ਸਾਲ ਦੇ ਵਿੱਚ ਬਣ ਜਾਂਦੇ ਨੇ 354.37। ਹੁਣ ਤੁਸੀਂ ਖਿਆਲ ਕਰੋ ਕਿ 354.37 ਦਿਨ ਦਾ ਇੱਕ ਚੰਦਰ ਸਾਲ ਹੈ, ਅਤੇ ਅਕਸਰ ਤੌਰ 'ਤੇ ਜੇ ਅਸੀਂ ਟ੍ਰੋਪੀਕਲ ਈਅਰ ਦੀ ਜਾਂ ਸੋਲਰ ਈਅਰ ਦੀ ਨਾ ਗੱਲ ਕਰੀਏ ਅਤੇ ਇੱਕ ਮੋਟੀ ਜਿਹੀ ਗੱਲ ਕਰ ਲਈਏ, ਇਹਦੇ ਵੀ ਅਸੀਂ ਪੁਆਇੰਟ ਖਤਮ ਕਰ ਲਈਏ, 354 ਨੂੰ ਮੰਨ ਲਿਆ ਜਾਵੇ ਕਿ ਜਿਹੜਾ ਚੰਦਰਮਾ ਹੈ ਉਹ 354 ਦਿਨਾਂ ਦੇ ਵਿੱਚ ਆਪਣਾ ਜਿਹੜਾ ਸਫ਼ਰ ਹੈ ਉਹ ਪੂਰਾ ਕਰਦਾ ਹੈ, ਇੱਕ ਸਾਲ ਦੇ ਵਿੱਚ ਉਹ ਇੰਨੇ ਮਹੀਨੇ ਉਹਦੇ ਬਣ ਜਾਂਦੇ ਨੇ ਕਿ 29.53 ਦਿਨ ਦੇ ਵਿੱਚ ਉਹ ਇੱਕ ਮਹੀਨੇ ਦਾ ਜਿਹੜਾ ਉਹਦਾ ਬਣ ਜਾਂਦਾ ਹੈ, ਉਹਨੂੰ 12 ਦੇ ਨਾਲ ਗੁਣਾ ਕਰਦੇ ਹਾਂ ਤਾਂ 354 ਦਿਨ ਉਹ ਬਣ ਜਾਂਦੇ ਨੇ। ਮੋਟੇ ਜਿਹੇ ਹਿਸਾਬ ਦੇ ਨਾਲ ਜਿਹੜੀ ਧਰਤੀ ਹੈ ਉਹ ਸੂਰਜ ਦੇ ਦੁਆਲੇ ਆਪਣਾ ਚੱਕਰ 365 ਦਿਨਾਂ 'ਚ ਫਰਕ ਕਰਦੀ ਹੈ, 365 ਦਿਨਾਂ 'ਚ ਪੂਰਾ ਕਰਨ ਕਰਕੇ ਜਦੋਂ ਅਸੀਂ ਚੰਦਰ ਸਾਲ ਅਤੇ ਸੂਰਜੀ ਸਾਲ ਦਾ ਆਪਸ ਦੇ ਵਿੱਚ ਡਿਫਰੈਂਸ ਆਪਸ ਵਿੱਚ ਤੁਲਨਾ ਕਰਦੇ ਹਾਂ, ਇਹਨਾਂ ਦਾ ਵੱਖਰੇਵਾਂ ਵੇਖਦੇ ਹਾਂ, ਅੰਤਰ ਵੇਖਦੇ ਹਾਂ, ਤਾਂ 365 ਦੇ ਵਿੱਚੋਂ 354 ਕੱਢ ਲਵੋ, 11 ਦਿਨ ਦਾ ਫਰਕ ਪੈ ਜਾਂਦਾ ਹੈ, ਭਾਵ ਕਿ ਜਿਹੜਾ ਚੰਦਰ ਸਾਲ ਹੈ ਉਹ ਸੂਰਜ ਸਾਲ ਤੋਂ 11 ਦਿਨ ਛੋਟਾ ਹੈ। ਸੋ ਪਹਿਲੇ ਸਾਲ 11 ਦਿਨ ਛੋਟਾ ਹੋਇਆ, ਦੂਸਰੇ ਸਾਲ ਫਿਰ ਇਹ 11 ਦੇ 22 ਹੋ ਗਏ, ਤੀਸਰੇ ਸਾਲ 11 ਮਲਟੀਪਲਾਈ ਬਾਏ 3 ਗੁਣਾ ਕਰਕੇ ਵੇਖ ਲਓ 33 ਹੋ ਗਏ। ਹੁਣ ਇਸ ਚੰਦਰ ਸਾਲ ਨੂੰ ਸੂਰਜ ਸਾਲ ਦੇ ਨਾਲ ਜੋੜਨ ਦੇ ਵਾਸਤੇ ਹਰ ਤੀਜੇ ਚੌਥੇ ਸਾਲ ਇੱਕ ਮਹੀਨਾ ਵੱਖਰਾ ਜੋੜ ਦਿੱਤਾ ਜਾਂਦਾ ਹੈ, ਜਿਹਨੂੰ ਲੋਧ ਦਾ ਮਹੀਨਾ ਕਿਹਾ ਜਾਂਦਾ ਹੈ ਜਾਂ ਮਲ ਮਾਸ ਕਿਹਾ ਜਾਂਦਾ ਹੈ, ਭਾਵ ਕਿ ਅਸ਼ੁੱਭ ਮਹੀਨਾ ਕਿਹਾ ਜਾਂਦਾ ਹੈ। ਔਰ ਉਸ ਮਹੀਨੇ ਦੇ ਵਿੱਚ ਕੋਈ ਵੀ ਦਿਨ ਆ ਜਾਵੇ, ਕੋਈ ਵੀ ਸ਼ੁੱਭ ਦਿਨ ਆ ਜਾਵੇ, ਕੋਈ ਵੀ ਤਿਉਹਾਰ ਆ ਜਾਵੇ, ਕੋਈ ਪ੍ਰਗਟ ਦਿਵਸ ਆ ਜਾਵੇ, ਕੋਈ ਗੁਰਪੁਰਬ ਆ ਜਾਵੇ, ਕੋਈ ਦਿਹਾੜਾ ਆ ਜਾਵੇ, ਉਸਨੂੰ ਨਹੀਂ ਮਨਾਇਆ ਜਾਂਦਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਸਾਂਝੀ ਕਰਦਾ, ਜੇਕਰ ਤੁਸੀਂ ਪਿਛਲੇ 1-2 ਸਾਲਾਂ ਦੇ ਵਿੱਚ ਵੇਖੋ ਤਾਂ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਪ੍ਰਕਾਸ਼ ਸੀਗਾ ਉਹ ਜਦੋਂ ਪੋਸ ਦੀ ਸਤਵੀਂ ਨੂੰ ਆਧਾਰ ਬਣਾ ਕੇ ਮਨਾਇਆ ਗਿਆ, ਮਾਫ਼ ਕਰਨਾ, ਪਹਿਲਾਂ ਸਰਦਾਰ ਪਾਲ ਸਿੰਘ ਪੁਰੇਵਾਲ ਹੋਣਾ ਨੇ ਸੂਰਜੀ ਕੈਲੰਡਰ ਨੂੰ ਜਦੋਂ ਮੌਸਮੀ ਕੈਲੰਡਰ ਦੇ ਨਾਲ ਜੋੜ ਕੇ ਇਹ ਤਾਰੀਖਾਂ ਦੀ ਜਿਹੜੀ ਢਾਂਚਾ ਹੈ ਸਾਰਾ ਉਹਨੂੰ ਨਿਰਧਾਰਿਤ ਕਰ ਦਿੱਤਾ ਸੀ, ਫਿਕਸ ਕਰ ਦਿੱਤਾ ਸੀ, ਤਾਂ ਉਦੋਂ 23 ਜਿਹੜਾ ਸੀ ਉਹ 5 ਜਨਵਰੀ ਬਣਦਾ ਸੀ। ਉਸ ਤੋਂ ਬਾਅਦ ਸੰਤ ਸਮਾਜ ਨੇ ਕਿਸੇ ਤਰ੍ਹਾਂ ਦੇ ਨਾਲ ਆਪਣੇ ਰਾਜਸੀ ਪ੍ਰਭਾਵ ਨੂੰ ਵਰਤ ਕੇ ਜਦੋਂ ਉਹਦੇ ਵਿੱਚ ਘੁਸਪੈਠ ਕੀਤੀ ਸਰਦਾਰ ਪਾਲ ਸਿੰਘ ਪੁਰੇਵਾਲ ਹੋਣਾ ਵੱਲੋਂ ਅਤੇ ਸਮੁੱਚੀ ਕੌਮ ਵੱਲੋਂ ਅਪਣਾਏ ਕੈਲੰਡਰ ਦੇ ਵਿੱਚ, ਅਤੇ ਉਹਦੇ ਨਾਲ ਇਹ ਹੋ ਗਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਸੂਰਜੀ ਕੈਲੰਡਰ ਦੇ ਉੱਪਰ ਆਧਾਰਿਤ ਪ੍ਰਗਟ ਦਿਵਸ ਮਨਾਇਆ ਜਾਂਦਾ ਸੀ ਉਹਨੂੰ ਵਿੱਚੋਂ ਰੱਦ ਕਰ ਦਿੱਤਾ ਗਿਆ। ਇਹਨਾਂ ਵੱਲੋਂ ਜਦੋਂ ਪੋਸ ਦੀ ਸੱਤਵੀਂ ਮਨਾਇਆ ਜਾਣ ਲੱਗਾ ਤਾਂ ਥੋੜ੍ਹਾ ਪਿੱਛੇ ਵੇਖੋ ਕਿ ਜਿਹੜੀ ਪੋਸ ਦੀ ਸੱਤਵੀਂ ਸੀ
ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਸ ਪ੍ਰਗਟ ਦਿਵਸ ਦੇ ਬਾਰੇ ਸੋਚਦੇ ਹਾਂ ਤਾਂ ਉਹ ਹੌਲੀ ਹੌਲੀ ਇੱਕ ਵਾਰੀ ਤਾਂ 11-11 ਦਿਨ ਘਟੀ। ਮਿਸਾਲ ਦੇ ਤੌਰ 'ਤੇ ਤੁਸੀਂ ਅੱਜ ਤੋਂ 2014 ਦੇ ਵਿੱਚ ਵੇਖਦੇ ਹਾਂ ਤਾਂ ਇੱਕ ਵਾਰੀ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਪੁਰਬ ਸੀਗਾ ਉਹ ਪਹਿਲਾਂ ਤਾਂ 17 ਜਨਵਰੀ ਸੀ, 17 ਤੋਂ ਬਾਅਦ ਉਹ 7 ਜਨਵਰੀ 'ਤੇ ਆਇਆ, 7 ਜਨਵਰੀ ਦੇ ਵਿੱਚੋਂ ਫਿਰ ਜਦੋਂ 11 ਦਿਨ ਘਟ ਗਏ ਉਹ 28 ਦਸੰਬਰ 'ਚ ਆ ਗਿਆ। ਹੁਣ ਤੁਸੀਂ ਖਿਆਲ ਕਰੋ ਕਿ 3 ਸਾਲ ਤਾਂ 11-11 ਦਿਨ ਘਟੇ, ਉਹਦੇ ਘਟਣ ਦੇ ਨਾਲ 2014 ਦੇ ਵਿੱਚ 2 ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਆ ਗਿਆ। ਤੁਸੀਂ 7 ਜਨਵਰੀ ਨੂੰ ਵੀ ਮਨਾਇਆ ਅਤੇ ਉਹਦੇ ਵਿੱਚੋਂ 11 ਦਿਨ ਘਟਾ ਕੇ ਉਸੇ ਸਾਲ 28 ਦਸੰਬਰ ਨੂੰ ਵੀ ਮਨਾਇਆ। ਹੁਣ ਜਿਹੜਾ 2015 ਦਾ ਸਾਲ ਹੈ ਵਿੱਚ ਉਹਦੇ 'ਚ ਵੀ 11 ਦਿਨ ਘਟਣ ਪਰ ਉੱਚ ਘਟਣਗੇ ਨਹੀਂ, ਤੁਸੀਂ ਉੱਚ ਮਨਾ ਨਹੀਂ ਸਕੋਗੇ ਕਿਉਂਕਿ ਤੁਸੀਂ 2014 ਦੇ ਵਿੱਚ 2 ਸਾਲ ਮਨਾ ਚੁੱਕੇ ਹੋ। ਹੁਣ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਆਵੇਗਾ 2016 ਦੇ ਵਿੱਚ ਅਤੇ ਉਹਦੇ ਵਿੱਚੋਂ 11 ਦਿਨ ਘਟਣਗੇ ਨਹੀਂ ਬਲਕਿ 28 ਦਸੰਬਰ ਦੇ ਵਿੱਚ 19 ਦਿਨ ਹੋਰ ਐਡ ਹੋ ਜਾਣਗੇ ਅਤੇ ਉਹ ਫਿਰ ਤੁਹਾਡਾ 15-16 ਜਨਵਰੀ ਨੂੰ ਚਲਾ ਜਾਵੇਗਾ। ਸੋ ਇਹ ਇੱਕ ਸਮੱਸਿਆ ਸੀ ਕਿ ਹਰ ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਜੇਕਰ ਅਸੀਂ ਚੰਦਰ ਆਧਾਰਿਤ ਸਾਲ 'ਤੇ ਮਨਾਉਂਦੇ ਹਾਂ ਤਾਂ ਕਦੀ ਵੀ ਇੱਕ ਤਰੀਕ ਨਹੀਂ ਰਹਿੰਦੀ। ਔਰ ਖਾਸ ਕਰਕੇ ਪਹਿਲਾਂ ਤਾਂ ਵਿਦੇਸ਼ਾਂ ਦੀ ਇਹ ਸਮੱਸਿਆ ਸੀ, ਹੁਣ ਤਾਂ ਸਾਡੇ ਦੇਸ਼ 'ਚ ਵੀ ਸਮੱਸਿਆ ਹੈ ਕਿ ਬੱਚੇ ਸਾਰੇ ਚੰਗੇ ਸਕੂਲਾਂ 'ਚ ਪੜ੍ਹਦੇ ਨੇ, ਉਹਨਾਂ ਨੂੰ ਉੱਥੇ ਕ੍ਰਿਸਮਸ ਦਾ ਪਤਾ ਹੈ, ਉਹਨਾਂ ਨੂੰ ਹੋਰ ਤਿਉਹਾਰਾਂ ਦਾ ਪਤਾ ਹੈ, ਪਰ ਜਦੋਂ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਪੁਰਬ ਪੁੱਛਦੇ ਨੇ ਕਿ ਪ੍ਰਗਟ ਦਿਹਾੜਾ ਕਦੋਂ ਹੈ ਤਾਂ ਮਾਫ਼ ਕਰਨਾ, ਫਿਰ ਹਰ ਸਿੱਖ ਸੋਚਣ ਲਈ ਮਜਬੂਰ ਹੋ ਜਾਂਦਾ ਹੈ, ਜਾਂ ਉਹ ਜੰਤਰੀ ਵੇਖੇਗਾ ਜਾਂ ਕਿਸੇ ਪੰਡਿਤ ਨੂੰ ਪੁੱਛਣ ਦੇ ਵਾਸਤੇ ਜਾਵੇਗਾ ਕਿ ਪੋਹ ਸੁਦੀ ਸੱਤਵੀਂ ਇਸ ਸਾਲ ਕਿੰਨੀ ਤਰੀਕ ਨੂੰ ਆਉਣੀ ਹੈ। ਅਤੇ ਸਮੱਸਿਆ ਇਹ ਪੈਦਾ ਹੋਵੇਗੀ ਕਿ ਕਿਸੇ ਸਾਲ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਅਵਤਾਰ ਪੁਰਬ ਹੈ ਉਹ ਸਾਲ 'ਚ 2 ਵਾਰੀ ਆਉਂਦਾ ਹੈ, ਕਿਸੇ ਸਾਲ ਨਹੀਂ ਆਉਂਦਾ, ਅਤੇ ਇੱਕ ਹਾਸੋਹੀਣੀ ਸਥਿਤੀ ਬਣ ਜਾਂਦੀ ਹੈ ਸਾਡੇ ਬੱਚਿਆਂ ਦੇ ਸਾਹਮਣੇ ਕਿ ਇਹ ਕਿਸ ਤਰ੍ਹਾਂ ਦਾ ਗੁਰੂ ਪਾਤਸ਼ਾਹ ਦਾ ਅਵਤਾਰ ਪੁਰਬ ਹੈ ਕਿ ਕਿਸੇ ਸਾਲ ਹੁੰਦਾ ਹੀ ਨਹੀਂ, ਕਿਸੇ ਸਾਲ 2 ਵਾਰੀ ਹੋ ਜਾਂਦਾ ਹੈ। ਔਰ ਇਹ ਘਟਨਾ ਕੋਈ 1 ਜਾਂ 2 ਵਾਰੀ ਵਰਤਾਰੇ ਤੋਂ ਬਾਅਦ ਖਤਮ ਨਹੀਂ ਹੋ ਜਾਵੇਗੀ। ਜੇਕਰ ਤੁਸੀਂ ਆਉਣ ਵਾਲੇ 100 ਸਾਲ ਦਾ ਅਧਿਐਨ ਕਰੋ ਤਾਂ 100 ਸਾਲਾਂ ਦੇ ਵਿੱਚ ਕੋਈ 27 ਸਾਲ ਇਵੇਂ ਦੇ ਹੋਣਗੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਸਾਲ ਦੇ ਵਿੱਚ 2 ਵਾਰੀ ਆਵੇਗਾ ਅਤੇ 27 ਸਾਲ ਇਵੇਂ ਦੇ ਹੋਣਗੇ ਜਦੋਂ ਬਿਲਕੁਲ ਨਹੀਂ ਆਵੇਗਾ। ਸੋ ਇਹਦੇ ਨਾਲ ਖਿਆਲ ਕਰੋ ਕਿ ਜਿਹੜੇ ਲੋਕ ਚੰਦਰ ਸੂਰਜੀ ਸਾਲ ਦੀ ਵਕਾਲਤ ਕਰਦੇ ਨੇ ਉਹਨਾਂ ਦੇ ਉੱਪਰ ਇੱਕ ਸਵਾਲ ਪੈਦਾ ਹੋ ਜਾਂਦਾ ਹੈ ਕਿ ਕੀ ਉਹ ਨਹੀਂ ਚਾਹੁੰਦੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂ ਬਾਕੀ ਆਪਣੇ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਤਰੀਕਾਂ ਨੇ ਉਹਨਾਂ ਨੂੰ ਨਵੀਨਤਮ ਸਿਸਟਮ ਦੇ ਮੁਤਾਬਕ ਨਿਰਧਾਰਿਤ ਕਰ ਦਿੱਤਾ ਜਾਵੇ। ਪਰ ਉਹਨਾਂ ਵੱਲੋਂ ਇੱਕ ਹੋਰ ਬੜੀ ਢੁੱਚਰ ਖੜੀ ਕਰ ਦਿੱਤੀ ਜਾਂਦੀ। ਮੈਂ ਪਿੱਛੇ ਜੇ ਇੱਕ ਕਿਤਾਬ 'ਚ ਪੜ੍ਹ ਰਿਹਾ ਸੀ ਜੀ, ਚੰਦਰ ਆਧਾਰਿਤ ਸਾਲ ਕੋਈ ਮਾੜੀ ਗੱਲ ਕਿਉਂ ਥੋੜ੍ਹਾ? ਚੰਦਰ ਆਧਾਰਿਤ ਸਾਲ ਜਿਹੜੀ ਜਹਾਜ਼ ਰਾਣੀ ਵਾਲੇ ਨੇ ਜਿਹੜੇ ਕਿ ਮਛੇਰੇ ਨੇ ਉਹ ਵੀ ਉੱਤੇ ਡਿਪੈਂਡ ਕਰਦੇ ਨੇ, ਪੁਲਾੜ ਯਾਤਰੀ ਵੀ ਉੱਤੇ ਡਿਪੈਂਡ ਕਰਦੇ ਨੇ। ਮੇਰੇ ਖਿਆਲ ਦੇ ਨਾਲ ਤਾਂ ਇਵੇਂ ਦੇ ਤਰਕ ਦੇਣ ਵਾਲੇ ਵੀਰਾਂ ਨੂੰ ਪਹਿਲੀ ਤਾਂ ਇਹ ਸੋਝੀ ਚਾਹੀਦੀ ਹੈ ਕਿ ਜਿਨ੍ਹਾਂ ਸਮਿਆਂ ਦੇ ਵਿੱਚ GPS ਗਲੋਬਲ ਪੁਜੀਸ਼ਨਿੰਗ ਸਿਸਟਮ ਨਹੀਂ ਸੀ ਉਹਨਾਂ ਸਮਿਆਂ ਦੇ ਵਿੱਚ ਤਾਂ ਵਾਕਿਆ ਹੀ ਚੰਦਰ ਨੂੰ ਇਸ ਕਰਕੇ ਜਿਹੜਾ ਸੀਗਾ ਆਧਾਰਿਤ ਵਰਤਾਰਿਆਂ ਦੇ ਉੱਪਰ ਜਹਾਜ਼ ਰਾਣੀ ਕੀਤੀ ਜਾਂਦੀ ਸੀ ਕਿਉਂਕਿ ਚੰਦਰਮਾ ਜਦੋਂ ਧਰਤੀ ਦੇ ਦੁਆਲੇ ਘੁੰਮਦਾ ਹੈ ਅਤੇ ਜਦੋਂ ਉਹ ਪੂਰੇ ਜਲਾਲ 'ਤੇ ਹੁੰਦਾ ਹੈ ਤਾਂ ਉਹਦੇ ਆਪਣੇ ਅੰਦਰ ਜਿਹੜੀ ਇੱਕ ਖਿੱਚ ਹੈ ਉਹ ਧਰਤੀ ਨੂੰ ਆਪਣੇ ਵੱਲ ਖਿੱਚਦੀ ਹੈ। ਸੋ ਸਮੁੱਚੀ ਜਿਹੜੀ ਧਰਤੀ ਉਹ ਤਾਂ ਨਹੀਂ ਖਿੱਚੀ ਜਾਂਦੀ ਪਰ ਜਿਹੜਾ ਪਾਣੀ ਦਾ ਪੱਧਰ ਹੈ ਉਹ ਉਹਦੇ ਵੱਲ ਉੱਪਰ ਹੋ ਜਾਂਦਾ ਹੈ। ਜਿਸ ਤਰ੍ਹਾਂ ਤੁਸੀਂ ਇਸ ਸਲਾਈਡਸ ਦੇ ਵਿੱਚ ਵੇਖ ਸਕਦੇ ਹੋ ਕਿ ਜਦੋਂ ਧਰਤੀ ਬਿਲਕੁਲ ਚੰਦਰਮਾ ਦੇ ਬਿਲਕੁਲ ਸਾਹਮਣੇ ਹੈ ਅਤੇ ਚੰਦਰਮਾ ਬਿਲਕੁਲ ਉਹਦੇ ਉੱਪਰ ਹੈ, ਉਹਦੇ ਤੋਂ ਬਕਾਇਦਾ ਇੱਕ ਖਿੱਚ ਪੈਦਾ ਹੋ ਰਹੀ ਹੈ ਜਿਹੜੀ ਉਹਦੇ ਪਾਣੀ ਦੇ ਪੱਧਰ ਨੂੰ ਚੁੱਕ ਰਹੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਜਦੋਂ ਪੂਰਨਮਾਸ਼ੀ ਦੇ ਦਿਨ ਸਮੁੰਦਰ ਦਾ ਜਿਹੜਾ ਹਾਈ ਟਾਈਡ ਹੁੰਦਾ ਹੈ ਜਾਂ ਲੋਅ ਟਾਈਡ ਜਦੋਂ ਜਿਹੜਾ ਚੰਦਰਮਾ ਉਹ ਖਿੱਚ ਉਹਦੀ ਘਟੀ ਹੁੰਦੀ ਹੈ। ਸੋ ਇਹ ਜਿਹੜੇ ਲੋਅ ਟਾਈਡ ਅਤੇ ਹਾਈ ਟਾਈਡ ਨੇ ਉਹਨਾਂ ਨੂੰ ਵੇਖਣ ਦੇ ਵਾਸਤੇ ਜਿਹੜੇ ਮਛੇਰੇ ਸੀ ਜਾਂ ਜਿਹੜੇ ਬੇੜੀਆਂ ਦੇ ਮਲਾਹ ਸੀ ਜਾਂ ਜਿਹੜੇ ਜਹਾਜ਼ਾਂ ਨੂੰ ਚਲਾਉਣ ਵਾਲੇ ਸੀਗੇ ਜਿਨ੍ਹਾਂ ਸਮਿਆਂ ਦੇ ਵਿੱਚ ਜ਼ਿਆਦਾ ਆਧੁਨਿਕ ਪ੍ਰਣਾਲੀਆਂ ਨਹੀਂ ਸੀ ਹੁੰਦੀਆਂ
ਹੁੰਦੀਆਂ ਉਹ ਇਸੇ ਚੀਜ਼ ਨੂੰ ਆਧਾਰ ਬਣਾ ਕੇ ਹੀ ਆਪਣੇ ਜਿਹੜਾ ਜਹਾਜ਼ ਰਾਣੀ ਦਾ ਸਫ਼ਰ ਜਿਹੜਾ ਉਹ ਕਰਦੇ ਸੀ। ਇਸੇ ਤਰ੍ਹਾਂ ਜਿਹੜੇ ਪੁਲਾੜ ਦੇ ਯਾਤਰੀ ਹੈ ਅਤੇ ਕੁਦਰਤੀ ਹੈ ਕਿਉਂਕਿ ਜਿਹੜੀ ਮਨੁੱਖ ਦੀ ਪਹੁੰਚ ਹੈ ਉਹ ਅਜੇ ਹੈ ਹੀ ਚੰਦਰਮਾ ਤੱਕ ਜਾਂ ਹੋਰ ਛੋਟੇ ਮੋਟੇ ਸਥਾਨਾਂ ਤੱਕ ਹੈ, ਅਜੇ ਤੱਕ ਸੂਰਜ ਤੱਕ ਤਾਂ ਨਾ ਬਣੀ ਹੈ ਅਤੇ ਨਾ ਬਣ ਸਕਦੀ ਹੈ। ਸੋ ਕੁਦਰਤੀ ਹੈ ਕਿ ਜੇਕਰ ਪੁਲਾੜ ਯਾਤਰੀਆਂ ਦਾ ਸੰਬੰਧ ਚੰਦਰਮਾ ਦੇ ਨਾਲ ਹੈ ਤਾਂ ਉਹ ਚੰਦਰਮਾ ਦੀਆਂ ਦਿਸ਼ਾਵਾਂ ਅਤੇ ਉਹਦੇ ਹੀ ਜਿਹੜਾ ਉਹਦਾ ਸਰਕੂਲਰ ਮੋਸ਼ਨ ਹੈ ਜਾਂ ਫਿਰ ਉਹਦੇ ਜਿਹੜੇ ਘਾਟੇ ਅਤੇ ਵਾਧੇ ਨੇ ਜਾਂ ਉਹਦੀ ਜਿਹੜੀ ਡਾਇਰੈਕਸ਼ਨ ਹੈ ਤਕਰੀਬਨ ਉਹਦੇ 'ਤੇ ਆਧਾਰਿਤ ਹੀ ਆਪਣਾ ਕੰਮ ਕਰਨਗੇ। ਪਰ ਇਹਦਾ ਮਤਲਬ ਤਾਂ ਇਹ ਤਾਂ ਨਹੀਂ ਹੈ ਕਿ ਉਹਨਾਂ ਨੇ ਉਸ ਸਿਸਟਮ ਨੂੰ ਅਜੇ ਵੀ ਅਪਣਾਈ ਰੱਖਿਆ। ਬਕਾਇਦਾ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਦੋਂ ਦਾ ਗਲੋਬਲ ਪੋਜੀਸ਼ਨਿੰਗ ਸਿਸਟਮ ਆਇਆ ਉਸ ਤੋਂ ਬਾਅਦ ਤਕਰੀਬਨ ਹੁਣ ਸਾਰੇ ਜਿੰਨੇ ਵੀ ਕਹਿ ਸਕਦੇ ਹਾਂ ਕਿ ਇਸ ਖੇਤਰ ਦੇ ਵਿੱਚ ਚਾਹੇ ਜਹਾਜ਼ਰਾਨੀ ਦੀ ਗੱਲ ਕੀਤੀ ਗਈ ਹੈ ਚਾਹੇ ਜਾਂ ਫਿਰ ਸੋਲਰ ਦੀ ਗੱਲ ਕੀਤੀ ਗਈ ਹੈ ਉਹ ਸਾਰੇ ਦੇ ਵਿੱਚ ਹੁਣ ਤਕਰੀਬਨ ਨੈਵੀਗੇਸ਼ਨ ਦੇ ਵਾਸਤੇ ਇਹੀ ਕੁਛ ਹੀ ਵਰਤਿਆ ਜਾਂਦਾ ਹੈ। ਸੋ ਇਹ ਤਾਂ ਸੀਗੀਆਂ ਚੰਦਰ ਆਧਾਰਿਤ ਜਿਹੜਾ ਅਸੀਂ ਸਾਲ ਦੇ ਦਿਹਾੜੇ ਮਨਾਉਂਦੇ ਹਾਂ ਉਹਦੀਆਂ ਘਾਟਾਂ ਸੀ ਕਿ ਸਾਡੇ ਇਤਿਹਾਸਿਕ ਵਰਤਾਰਿਆਂ ਦੇ ਉੱਪਰ ਬਹੁਤ ਵੱਡਾ ਜਿਹੜਾ ਫਰਕ ਹੈ ਉਹ ਪੈਂਦਾ। ਉਸ ਤੋਂ ਬਾਅਦ ਅਸੀਂ ਜਦੋਂ ਆਪਣੇ ਤਿਉਹਾਰਾਂ ਦੀ ਗੱਲ ਕਰਦੇ ਹਾਂ ਤਾਂ ਸਾਡੇ ਸਾਹਮਣੇ ਆ ਜਾਂਦਾ ਹੈ ਬਿਕਰਮੀ ਸਾਲ। ਬਿਕਰਮੀ ਸਾਲ ਜਿਹੜਾ ਇਹ ਵੀ ਸੂਰਜ ਆਧਾਰਿਤ ਹੈ। ਮੌਸਮੀ ਦੇ ਨਾਲ ਇਹਦਾ ਜਿੰਨਾ ਕੁ ਫਰਕ ਹੈ ਅਸੀਂ ਨਾਲ ਨਾਲ ਅੱਗੇ ਗੱਲ ਕਰਦੇ ਹਾਂ। ਭਾਵੇਂ ਕਿ ਇਹਦੇ ਬਿਕਰਮੀ ਕੈਲੰਡਰ ਦੇ ਇਤਿਹਾਸ ਦੇ ਬਾਰੇ ਬੜੀ ਐਕੂਰੇਸੀ ਦੇ ਨਾਲ ਜਾਂ ਬੜੇ ਸਪਸ਼ਟ ਸ਼ਬਦਾਂ 'ਚ ਕਹਿਣਾ ਬੜਾ ਔਖਾ ਹੈ, ਪਰ ਫਿਰ ਵੀ ਮੰਨ ਲਿਆ ਗਿਆ, ਇਹ ਮੰਨ ਲਿਆ ਗਿਆ ਕਿ ਇਹ ਜਿਹੜਾ ਕੈਲੰਡਰ ਹੈ ਜਾਂ ਇਹ ਜਿਹੜੀ ਜੰਤਰੀ ਹੈ ਉਹ ਰਾਜੇ ਬਿਕਰਮਾਦਿੱਤਿਆ ਵੱਲੋਂ ਸ਼ੁਰੂ ਕੀਤੀ ਗਈ ਉਹਦੇ ਗੱਦੀ 'ਤੇ ਬੈਠਣ ਦੇ ਸਾਲ ਤੋਂ। ਇਹ ਜਿਹੜੀ ਪਰੰਪਰਾ ਹੈ ਵੈਸੇ ਇਸਲਾਮ ਦੇ ਵਿੱਚ ਬਹੁਤ ਰਹੀ ਹੈ। ਇਸਲਾਮ ਦੇ ਵਿੱਚ ਜਦੋਂ ਵੀ ਕੋਈ ਰਾਜਾ ਆਪਣੇ ਤਖ਼ਤ 'ਤੇ ਬੈਠਦਾ ਸੀ ਆਪਣੇ ਨਾਂ ਦੀ ਸਿਨ ਸੰਮਤ ਸ਼ੁਰੂ ਕਰਦਾ ਸੀ ਔਰ ਉਹ ਉਹਦਾ ਜਿਹੜਾ ਸਾਲ ਹੁੰਦਾ ਸੀ ਹਿਜ਼ਰੀ ਦੇ ਵਿੱਚ ਰਾਜੇ ਦੇ ਨਾਮਕਰਨ ਦੇ ਉੱਪਰ। ਸਿੱਖ ਇਤਿਹਾਸ ਦੇ ਵਿੱਚ ਇਹਦੀ ਇੱਕ ਮਿਸਾਲ ਮਿਲਦੀ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਸਿੱਖ ਰਾਜ ਦਾ ਐਲਾਨ ਕੀਤਾ ਹੈ ਅਤੇ ਜਿਹੜੀਆਂ ਚਿੱਠੀਆਂ ਸਿੱਖਾਂ ਨੂੰ ਲਿਖੀਆਂ ਨੇ ਉਹਦੇ ਵਿੱਚ ਸੰਮਤ ਇੱਕ ਸ਼ਬਦ ਮਿਲਦਾ ਹੈ ਤਾਂ ਮੈਨੂੰ ਇੰਝ ਲੱਗਦਾ ਹੈ ਕਿ ਉਹ ਪਹਿਲੇ ਸਿੱਖ ਰਾਜ ਦੇ ਵਿੱਚ ਸਿੱਖਾਂ ਵੱਲੋਂ ਬਣਾਏ ਗਏ ਪਹਿਲੇ ਵੱਖਰੇ ਕੈਲੰਡਰ ਦੀ ਨੀਂਹ ਸੀ। ਜਿੱਥੇ ਮੈਂ ਅੱਜ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸਾਨੂੰ ਇਸ ਵੱਖਰੇ ਕੈਲੰਡਰ ਨੂੰ ਕੌਮ ਦੇ ਨਿਆਰੇ ਪਲ ਦੇ ਨਾਲ ਜੋੜ ਕੇ ਜ਼ਰੂਰ ਵੇਖਣਾ ਚਾਹੀਦਾ ਹੈ ਕਿ ਕੌਮ ਦੇ ਉਸ ਸਮੇਂ ਦੇ ਜਰਨੈਲ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਦੀ ਸਥਾਪਨਾ ਕੀਤੀ ਜਿੱਥੇ ਉਸਨੇ ਆਪਣੀ ਮੋਹਰ ਜਿੱਥੇ ਉਸਨੇ ਆਪਣਾ ਸਿੱਕਾ ਜਿੱਥੇ ਉਸਨੇ ਆਪਣੇ ਰਾਜਸੀ ਦਾਇਰੇ ਦਾ ਵਿਸਥਾਰ ਕੀਤਾ ਨਾਲ ਨਾਲ ਹੀ ਉਹਨੇ ਆਪਣੇ ਉਸ ਵੇਲੇ ਦੀਆਂ ਲਿਖਤਾਂ ਦੇ ਵਿੱਚ ਜਿਹੜੀ ਸੰਮਤ ਦੀ ਵਰਤੋਂ ਕੀਤੀ ਹੈ ਉਹਨਾਂ ਦੇ ਉੱਪਰ ਸੰਮਤ ਇੱਕ ਸ਼ਬਦ ਜਿਹੜਾ ਸਾਨੂੰ ਮਿਲਦਾ ਹੈ। ਉਸਨੇ ਹਿਜ਼ਰੀ ਕੈਲੰਡਰ ਦੀ ਵਰਤੋਂ ਨਹੀਂ ਕੀਤੀ ਜਿਹੜਾ ਕਿ ਉਸ ਵੇਲੇ ਇਸਲਾਮ 'ਚ ਪ੍ਰਚਲਿਤ ਸੀਗਾ, ਨਾ ਹੀ ਉਹਨੇ ਕਿਸੇ ਹੋਰ ਧਰਮ ਦੇ ਕੈਲੰਡਰ ਦੀ ਵਰਤੋਂ ਜਿਹੜੀ ਹੈ ਉਹ ਕੀਤੀ ਹੈ। ਬਿਕਰਮੀ ਕੈਲੰਡਰ ਦੇ ਵਿੱਚ ਜਿਹੜੀ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਉਹਦੇ ਸਮੇਂ ਨੂੰ ਮਿਥ ਲਿਆ ਗਿਆ ਹੈ ਅਤੇ ਜੇਕਰ ਇਸ ਸਮੁੱਚੇ ਸਮੇਂ ਦੀ ਗੱਲ ਕਰਨੀ ਹੋਵੇ ਤਾਂ ਇਹ ਸਮਾਂ ਜਿਹੜਾ ਪਹਿਲਾਂ ਕਦੀ ਯੁੱਗਾਂ ਦੇ ਵਿੱਚ ਗਿਣਿਆ ਜਾਂਦਾ ਸੀ। ਇੱਕ ਕੈਲਕੂਲੇਸ਼ਨ ਹੈ 15, 77, 91, 78, 28, ਦੁਬਾਰਾ ਫਿਰ ਤੁਸੀਂ ਨੋਟ ਕਰਨੀ ਹੋਵੇ ਤਾਂ ਨੋਟ ਕਰ ਸਕਦੇ ਹੋ 15, 77, 91, 78, 28। ਇਹ ਬੜੀ ਸਿੱਧੀ ਜਿਹੀ ਕੈਲਕੂਲੇਸ਼ਨ ਹੈ ਜੇ ਤੁਹਾਨੂੰ ਯਾਦ ਰਹੇ। ਇਹ ਜੇ ਤੁਸੀਂ ਇਹਨਾਂ ਨੂੰ ਵੇਖੋ ਤਾਂ ਇਹ ਦਿਨਾਂ ਦੀ ਗਿਣਤੀ ਹੈ ਜਿੰਨੇ ਦਿਨ ਚਾਰ ਯੁੱਗਾਂ 'ਚ ਹੁੰਦੇ ਨੇ ਅਤੇ ਜਦੋਂ ਤੁਸੀਂ ਇਸ ਨੂੰ 365.2587 ਜਿਹੜਾ ਬਿਕਰਮੀ ਕੈਲੰਡਰ ਦਾ ਆਧਾਰ ਹੈ ਉਹਦੇ ਉੱਪਰ ਜਦੋਂ ਤੁਸੀਂ ਇਹਨੂੰ ਤਕਸੀਮ ਕਰੋਗੇ ਤਾਂ ਉਸ ਨੂੰ ਤਕਸੀਮ ਕਰਨ ਤੋਂ ਬਾਅਦ ਡਿਵਾਈਡ ਕਰਨ ਤੋਂ ਬਾਅਦ ਤੁਹਾਡੇ ਕੋਲ ਜਿਹੜੇ ਸਾਲ ਆ ਜਾਣਗੇ ਉਹ 43,20,000 ਆ ਜਾਣਗੇ। ਇਹਦਾ ਮਤਲਬ ਕਿ ਚਾਰ ਯੁੱਗਾਂ ਦੇ ਵਿੱਚ 43,20,000 ਸਾਲ ਹੁੰਦੇ ਨੇ। ਉਹ 43,20,000 ਸਾਲ ਜਿਹੜੇ ਨੇ ਜਦੋਂ ਉਹਨਾਂ ਨੂੰ ਚਾਰ ਦੇ ਨਾਲ ਤੁਸੀਂ ਫਿਰ ਤਕਸੀਮ ਕਰੋਗੇ ਡਿਵਾਈਡ ਕਰੋਗੇ ਤਾਂ ਉਹ 10,80,806 ਆ ਜਾਣਗੇ। ਇੱਦਾਂ ਮਤਲਬ ਕਿ ਇੱਕ ਯੁੱਗ ਦੇ ਵਿੱਚ 10,80,800 ਕੁਛ ਜਿਹੜੇ ਸਾਲ ਨੇ ਉਹ ਹੁੰਦੇ ਨੇ। ਸੋ ਉਹ ਜਿਹੜਾ ਆਧਾਰ ਸੀ ਉਹਨੂੰ ਮਿਥ ਕੇ ਜਿਹੜਾ ਇਹ ਬਿਕਰਮੀ ਕੈਲੰਡਰ ਸੀ ਇਹਨੂੰ ਬਣਾ ਲਿਆ ਗਿਆ ਅਤੇ ਇਹਨਾਂ ਨੇ ਮਿਥ ਲਿਆ ਕਿ ਜਿਹੜੀ ਧਰਤੀ ਹੈ ਉਹ ਸੂਰਜ ਦੇ ਦੁਆਲੇ 365.2587 ਦਿਨਾਂ ਦੇ ਵਿੱਚ ਆਪਣਾ ਚੱਕਰ ਪੂਰਾ ਕਰਦੀ ਹੈ। ਪਰ ਅਸਲੀਅਤ ਇਹ ਨਹੀਂ ਸੀ। ਅਸਲੀਅਤ ਇਹ ਹੈ ਕਿ ਜਿਹੜੀ ਧਰਤੀ ਹੈ ਉਹਦਾ ਜਿਹੜਾ ਸੂਰਜ ਦੁਆਲੇ ਚੱਕਰ ਹੈ ਜਿਹੜਾ ਦਾਇਰਾ ਹੈ ਉਸਨੂੰ ਮਿਥ ਲਿਆ ਗਿਆ ਹੈ, ਪਰ ਜਿਹੜਾ ਉਹਦਾ ਅਸਲੀ ਸਫ਼ਰ ਕਰਨ ਦਾ ਸਮਾਂ ਹੈ ਉਹ ਮੌਸਮੀ ਕੈਲੰਡਰ ਦੇ ਮੁਤਾਬਕ ਹੈ।
ਜਿਹੜਾ ਮੌਸਮੀ ਸਾਲ ਹੈ ਉਹ 365.2422 ਹੈ। ਸੋ ਉਹਦੇ ਨਾਲ ਕਿਤੇ ਵੀ ਇਸ ਦੀ ਜਿਹੜੀ ਸਮਰੂਪਤਾ ਹੈ ਉਹ ਨਹੀਂ ਸੀ ਬਣਦੀ। ਸੋ ਉਹ ਸਮਰੂਪਤਾ ਅਜੇ ਤੱਕ ਵੀ ਨਹੀਂ ਬਣੀ। ਹੁਣ ਇਹਨੂੰ ਸਮਝਣ ਦੇ ਵਾਸਤੇ ਜ਼ਰੂਰੀ ਹੈ ਕਿ ਸਾਨੂੰ ਇਹ ਪਤਾ ਹੋਵੇ ਕਿ ਮੌਸਮੀ ਸਾਲ ਕੀ ਹੁੰਦਾ ਹੈ। ਦਰਅਸਲ ਜਿਹੜਾ ਮੌਸਮੀ ਸਾਲ ਹੈ ਉਹਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਬਿਲਕੁਲ ਧਰਤੀ ਦੀ ਸੂਰਜ ਦੇ ਦੁਆਲੇ ਘੁੰਮਣ ਦੀ ਉਹ ਪ੍ਰਕਿਰਿਆ ਹੈ ਜਿਹੜੀ ਕਿ ਬਿਲਕੁਲ ਕੁਦਰਤੀ ਰੂਪ ਦੇ ਵਿੱਚ ਹੈ, ਜਿਸ ਨੂੰ ਅਸੀਂ ਗੁਰਬਾਣੀ ਦੇ ਵਿੱਚ ਪੜ੍ਹਦੇ ਵੀ ਹੈ ਨਾ ਕਿ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹੋ ਕਰੋੜੀ ਚਲਤ ਨਾ ਅੰਤ। ਉਹ ਜਿਹੜਾ ਭੈ ਵਿੱਚ ਘੁੰਮਣ ਦੀ ਪ੍ਰਕਿਰਿਆ ਹੈ, ਕੁਦਰਤੀ ਵਿਧਾਨ ਦੇ ਵਿੱਚ ਘੁੰਮਣ ਦੀ ਪ੍ਰਕਿਰਿਆ ਹੈ, ਆਪਣੇ ਕੇਂਦਰ ਦੇ ਦੁਆਲੇ ਜਿਹੜੀ ਉਸਦੀ ਸਫ਼ਰ ਤੈਅ ਕਰਨ ਦੀ ਪ੍ਰਕਿਰਿਆ ਹੈ, ਉਹ ਜਿਹੜੀ ਸਫ਼ਰ ਤੈਅ ਕਰਨ ਦੀ ਪ੍ਰਕਿਰਿਆ ਹੈ ਉਹਨੂੰ ਅਸੀਂ ਕਿਸੇ ਵੀ ਇੱਕ ਪੱਖ ਦੇ ਉੱਪਰ ਇੱਕ ਕੇਂਦਰ ਬਿੰਦੂ ਨੂੰ ਜੇ ਨਿਰਧਾਰਿਤ ਕਰਕੇ ਮੰਨ ਲਈਏ, ਮੰਨ ਲਓ ਕਿ ਜੇਕਰ ਅਸੀਂ ਧਰਤੀ ਦਾ ਜਿਹੜਾ ਉਤਰਾਇਣ ਪੱਖ ਹੈ ਜਿਸ ਨੂੰ ਅਸੀਂ ਨੌਰਥ ਇਕੁਇਨੋਕਸ ਕਹਿੰਦੇ ਹਾਂ, ਸੋ ਉਹ ਜਿਹੜਾ ਨੌਰਥ ਇਕੁਇਨੋਕਸ ਪੱਖ ਹੈ ਉਹਦੇ ਤੋਂ ਜਦੋਂ ਉਹ ਸਾਊਥ ਵੱਲ ਅਤੇ ਸਾਊਥ ਤੋਂ ਫਿਰ ਨੌਰਥ ਵੱਲ, ਜਿਹੜੀ ਕਿ ਨੌਰਥ ਤੋਂ ਲੈ ਕੇ ਨੌਰਥ ਤੱਕ ਫਿਰ ਆਪਣਾ ਚੱਕਰ ਪੂਰਾ ਕਰਦੀ ਹੈ, ਉਹਦੇ ਵਿੱਚ ਉਸਨੂੰ 365.2422 ਦਿਨ ਹੈ ਉਹ ਲੱਗਦੇ ਨੇ। ਉਹ ਜਿਹੜਾ ਨੌਰਥ ਤੋਂ ਲੈ ਕੇ ਸਾਊਥ ਤੱਕ ਦਾ, ਸਾਊਥ ਤੋਂ ਫਿਰ ਨੌਰਥ ਤੱਕ, ਯਾਨੀ ਕਿ ਨੌਰਥ ਤੋਂ ਲੈ ਕੇ ਨੌਰਥ ਤੱਕ ਦਾ ਜਿਹੜਾ ਚੱਕਰ ਪੂਰਾ ਕਰਦੀ ਹੈ ਉਹਨੂੰ 365.2422 ਜਿਹੜੇ ਦਿਨ ਉਹ ਲੱਗਦੇ ਨੇ। ਸੋ ਉਹ ਜਿਹੜਾ ਚੱਕਰ ਕਰਨ ਦਾ, ਜਿਹੜਾ ਪੂਰਾ ਕਰਨ ਦਾ ਸਮਾਂ ਹੈ ਅਤੇ ਜਿਹੜਾ ਬਿਕਰਮੀ ਕੈਲੰਡਰ ਦੇ ਆਧਾਰਤ ਮਿਥ ਲਿਆ ਗਿਆ ਸਮਾਂ ਹੈ, ਉਹਦੇ ਵਿੱਚ ਇੰਨਾ ਅੰਤਰ ਸੀ ਕਿ ਜਿਹੜਾ ਬਿਕਰਮੀ ਕੈਲੰਡਰ ਦਾ ਸੂਰਜੀ ਸਾਲ ਸੀ ਉਹ ਮੌਸਮੀ ਸਾਲ ਦੇ ਨਾਲੋਂ ਵੱਡਾ ਸੀ। ਉਹਦੇ ਨਾਲ ਇਹ ਫਰਕ ਪੈਂਦਾ ਸੀ ਕਿ ਹਰ 61-62 ਸਾਲਾਂ ਦੇ ਬਾਅਦ ਜਿਹੜਾ ਬਿਕਰਮੀ ਕੈਲੰਡਰ ਹੈ, ਸੂਰਜੀ ਕੈਲੰਡਰ ਬਣਾਇਆ, ਉਹ ਮੌਸਮੀ ਕੈਲੰਡਰ ਦੇ ਨਾਲੋਂ ਇੱਕ ਦਿਨ ਅੱਗੇ ਚਲਾ ਜਾਂਦਾ ਸੀ। ਹੁਣ ਹੈ ਤਾਂ ਇੱਕ ਸਮੱਸਿਆ ਕਿ ਜਿਹੜੇ ਤਿਉਹਾਰਾਂ ਦਾ ਸੰਬੰਧ ਮੌਸਮ ਦੇ ਨਾਲ ਹੁੰਦਾ ਹੈ ਅਤੇ ਜੇਕਰ ਹਰ 62 ਸਾਲ ਬਾਅਦ ਇੱਕ ਦਿਨ ਅੱਗੇ ਚਲਾ ਜਾਵੇ, ਵੇਖਣ ਨੂੰ ਤਾਂ ਬੜਾ ਛੋਟਾ ਜਿਹਾ ਸਮਾਂ ਲੱਗਦਾ ਹੈ ਕਿ ਜਿਹੜੇ 62 ਸਾਲ ਨੇ ਉਹ ਇੱਕ ਸਾਲ ਦੇ ਵਿੱਚ ਤਕਰੀਬਨ 24 ਮਿੰਟ ਦਾ ਫਰਕ ਬਣਦਾ ਹੈ ਕਿ ਇੱਕ ਸਾਲ ਦੇ ਵਿੱਚ ਜੇ 24 ਮਿੰਟ ਜਿਹੜਾ ਸੂਰਜੀ ਸਾਲ ਹੈ ਉਹ ਮੌਸਮੀ ਸਾਲ ਦੇ ਨਾਲੋਂ ਅੱਗੇ ਹੋਵੇ ਤਾਂ ਤੁਸੀਂ 62 ਸਾਲਾਂ ਨੂੰ ਜਦੋਂ 24 ਦੇ ਨਾਲ ਮਲਟੀਪਲਾਈ ਕਰੋਗੇ ਤਾਂ 1440-42 ਜਿਹੜੇ ਮਿੰਟ ਬਣਦੇ ਨੇ ਉਹ 24 ਘੰਟੇ ਬਣ ਜਾਂਦੇ ਨੇ, ਅਤੇ ਉਹ ਜਿਹੜੇ 24 ਘੰਟੇ ਨੇ ਉਹ ਇੱਕ ਦਿਨ ਬਣ ਜਾਂਦਾ ਹੈ ਕਿ ਹਰ 62 ਸਾਲ ਦੇ ਬਾਅਦ ਜਿਹੜਾ ਇਹ ਬਿਕਰਮੀ ਸਾਲ ਹੈ ਇਹ ਮੌਸਮੀ ਸਾਲ ਤੋਂ 1 ਸਾਲ ਅੱਗੇ ਚਲਾ ਜਾਂਦਾ ਸੀ। ਤਾਂ ਕੁਦਰਤੀ ਹੈ ਕਿ ਜਿਹੜੇ ਧਰਮ ਦੇ ਸੁਹਿਰਦ ਚਿੰਤਕ ਹੁੰਦੇ ਨੇ ਉਹਨਾਂ ਦੇ ਮਨ ਦੇ ਵਿੱਚ ਇਹ ਇੱਕ ਡਰ ਤਾਂ ਪੈਦਾ ਹੁੰਦਾ ਹੈ ਕਿ ਜੇਕਰ ਇਹ ਵਰਤਾਰਾ ਕੁਝ ਸਦੀਆਂ ਵਾਪਰਦਾ ਰਿਹਾ ਤਾਂ ਜਿਹੜੇ ਸਾਡੇ ਮੌਸਮ ਦੇ ਨਾਲ ਮਨਾਏ ਜਾਣ ਵਾਲੇ ਤਿਉਹਾਰ ਨੇ, ਮਾਫ਼ ਕਰਨਾ, ਦੀਵਾਲੀ 'ਚ ਗਰਮੀ ਹੋਵੇਗੀ ਤਾਂ ਵੀ ਉਹ ਮੌਸਮ ਦੇ ਨਾਲੋਂ ਟੁੱਟ ਜਾਵੇਗਾ, ਵਿਸਾਖੀ ਦੇ ਵਿੱਚ ਸਰਦੀ ਹੋਵੇਗੀ ਤਾਂ ਵੀ ਉਹ ਮੌਸਮ ਦੇ ਨਾਲੋਂ ਟੁੱਟ ਜਾਵੇਗਾ। ਸੋ 1964 ਦੇ ਵਿੱਚ ਹਿੰਦੂ ਧਰਮ ਦੇ ਚਿੰਤਕਾਂ ਨੇ ਇਸ ਪਾਸੇ ਆਪਣੀ ਚਿੰਤਾ ਨੂੰ ਕੇਂਦਰਿਤ ਕੀਤਾ ਕਿ ਸਾਡੇ ਬਣਾਏ ਹੋਏ ਬਿਕਰਮੀ ਸੂਰਜੀ ਸਾਲ ਦੇ ਵਿੱਚ ਅਤੇ ਮੌਸਮੀ ਸਾਲ ਦੇ ਵਿੱਚ ਅੰਤਰ ਹੈ, ਅਤੇ ਜਿਹੜਾ ਉਹਨਾਂ ਅੰਤਰ ਕੱਢਿਆ ਭਾਵੇਂ ਕੋਈ ਪੂਰਾ ਅੰਤਰ ਨਹੀਂ ਕੱਢ ਸਕੇ। 18 ਨਵੰਬਰ 1964 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇਹਦੇ ਉੱਪਰ ਇੱਕ ਗੋਸ਼ਟੀ ਹੋਈ। ਮੈਂ ਸੋਚਦਾ ਕਿ ਉਹ ਕਿੰਨੇ ਸਿਆਣੇ ਲੋਕ ਨੇ ਜਿਨ੍ਹਾਂ ਨੇ ਆਪਣੇ ਧਰਮ ਦੀ ਇਸ ਸਮੱਸਿਆ ਨੂੰ ਮੁੱਖ ਰੱਖ ਕੇ ਗੋਸ਼ਟੀ ਕੀਤੀ। ਅੱਜ ਅਸੀਂ ਇੰਨੇ, ਮੈਂ ਕਹਿ ਸਕਦਾ ਕਿ ਇਸ ਵਿਗਿਆਨਕ ਯੁੱਗ ਦੇ ਵਿੱਚ ਵੀ ਇੰਨੇ ਅੰਧ ਵਿਸ਼ਵਾਸੀ ਬਣੇ ਹੋਏ ਹੈ ਕਿ ਸਰਦਾਰ ਪਾਲ ਸਿੰਘ ਪੁਰੇਵਾਲ ਨੇ ਜਿਹੜਾ ਕੈਲੰਡਰ ਤਿਆਰ ਕੀਤਾ ਹੈ, ਜੇਕਰ ਇਹਦੇ 'ਚ ਕੋਈ ਊਣਤਾਈ ਲੱਗਦੀ ਹੈ, ਕੋਈ ਘਾਟ ਲੱਗਦੀ ਹੈ, ਕੋਈ ਡਰਾਬੈਕ ਲੱਗਦੀ ਹੈ, ਤਾਂ ਕਿਉਂ ਨਹੀਂ ਇਹਦੇ ਉੱਪਰ ਅਸੀਂ ਚਰਚਾ ਕਰ ਸਕਦੇ, ਕਿਉਂ ਨਹੀਂ ਕਿਸੇ ਊਣਤਾਈ ਨੂੰ ਦੂਰ ਕਰ ਸਕਦੇ। ਇਹ ਜਿਹੜਾ ਸਾਡਾ ਧਰਮ ਦਾ ਪੁਜ਼ਾਰੀ ਵਰਗ ਹੈ, ਇਹ ਵਿਦਵਾਨਾਂ ਦੇ ਨਾਲ ਜਾਂ ਸਕਾਲਰਸ ਦੇ ਨਾਲ ਬਹਿਣ ਨੂੰ ਤਿਆਰ ਕਿਉਂ ਨਹੀਂ? ਪਰ ਜਿਨ੍ਹਾਂ ਨੂੰ ਅਸੀਂ ਅੰਧ ਵਿਸ਼ਵਾਸੀ ਕਹਿੰਦੇ ਹਾਂ, ਮਾਫ਼ ਕਰਨਾ, ਉਹਨਾਂ ਨੇ ਤਾਂ ਅੱਜ ਤੋਂ 40-45 ਸਾਲ ਪਹਿਲਾਂ ਇਸ ਸਮੱਸਿਆ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ, ਭਾਵੇਂ ਕਿ ਉਹ ਹੱਲ ਪੂਰੇ ਤਰੀਕੇ ਦੇ ਨਾਲ ਨਹੀਂ ਕੱਢ ਸਕੇ। ਉਹਨਾਂ ਨੇ 18 ਨਵੰਬਰ 1964 ਨੂੰ ਬਕਾਇਦਾ ਇੱਕ ਵਾਰਤਾਲਾਪ ਕਰਾਈ, ਜਿਹਦੇ ਵਿੱਚ ਉਸ ਸਮੇਂ ਦੇ ਸ਼ੰਕਰਾਚਾਰਿਆ, ਉਹਨਾਂ ਦੇ ਧਰਮ ਗੁਰੂ ਗੋਵਰਧਨ ਮੱਠਪੁਰੀ ਜਿਹੜੇ ਸੀਗੇ ਉਹਨਾਂ ਨੇ ਹਿੱਸਾ ਲਿਆ ਆਪਣੇ ਧਾਰਮਿਕ ਪੁਜ਼ਾਰੀਆਂ ਦੇ ਨਾਲ, ਅਤੇ ਦੂਜੇ ਪਾਸੇ ਉਦੋਂ ਅਣਵੰਡਿਆ ਪੰਜਾਬ ਸੀ ਸੋਲਨ ਯੂਨੀਵਰਸਿਟੀ ਦੇ ਪ੍ਰੋਫੈਸਰ ਮਿਸਟਰ ਪ੍ਰਿਆਵਰਤ ਔਰ ਉਹਨਾਂ ਦੇ ਇੱਕ ਸਹਿਯੋਗੀ ਸ਼ਕਤੀਧਰ, ਇਹ ਦੋ ਜਣੇ ਬੈਠੇ ਔਰ ਪੂਰਾ ਦਿਨ ਚਰਚਾ ਹੁੰਦੀ ਰਹੀ। ਇੱਕ ਜਿਹੜਾ ਪੱਖ ਸੀਗਾ, ਜਿਹੜਾ ਪੁਜਾਰੀ ਵਰਗ ਸੀ, ਉਹ ਸਰਵ ਪੱਖਸ਼ ਦੇ ਹਿੱਤ ਦੇ ਵਿੱਚ ਸੀਗਾ ਕਿ ਜਿਸ ਤਰ੍ਹਾਂ ਦੇ ਨਾਲ ਬਿਕਰਮੀ ਕੈਲੰਡਰ ਰਾਜੇ ਬਿਕਰਮਾ ਦਿੱਤਿਆਂ ਨੇ ਚਲਾ ਦਿੱਤਾ, ਉਸੇ ਤਰੀਕੇ ਨਾਲ ਚੱਲਦਾ ਰਹਿਣ ਦਿਓ। ਪਰ ਉਹਨਾਂ ਨੇ ਆਪਣੇ ਵਿਰੋਧੀ ਪੱਖ ਦੇ ਵਿੱਚ ਬੈਠੇ ਹੋਏ ਸਕਾਲਰਸ ਦੀਆਂ ਦਲੀਲਾਂ ਨੂੰ ਸੁਣਿਆ, ਜਿਨ੍ਹਾਂ ਨੇ ਕਿਹਾ ਕਿ ਦ੍ਰਿਕ ਗਣਿਤ, ਜਿਹਨੂੰ ਅਸੀਂ ਦ੍ਰਿਕ ਪੱਖਸ਼ ਵੀ ਕਹਿੰਦੇ ਹਾਂ, ਕਿ ਦ੍ਰਿਕ ਗਣਿਤ ਦੇ ਆਧਾਰਤ ਜੇਕਰ ਅਸੀਂ
ਥੋੜ੍ਹੀ ਜਿਹੀ ਸੋਧ ਕਰ ਲਈਏ ਤਾਂ ਕਮ ਸੇ ਕਮ ਅਸੀਂ 4 ਮਿੰਟ ਦਾ ਇੱਕ ਸਾਲ 'ਚ ਫਰਕ ਪਾ ਸਕਦੇ ਹਾਂ ਕਿ ਜਿਹੜੀ ਸਾਡੇ ਮੌਸਮੀ ਤਿਉਹਾਰਾਂ ਦੀ ਅੱਗੇ ਜਾਣ ਦੀ ਪ੍ਰਕਿਰਿਆ ਉਸਨੂੰ ਅਸੀਂ 10 ਸਾਲ ਅੱਗੇ ਪਾ ਸਕਦੇ ਹਾਂ। ਅਤੇ ਮੈਂ ਕਹਿੰਦਾ ਕਿ ਉਹ ਕਿੰਨੇ ਸਿਆਣੇ ਲੋਕ ਸੀ ਜਿਨ੍ਹਾਂ ਸਾਡੇ ਤੋਂ ਵੀ 40-45 ਸਾਲ ਪਹਿਲਾਂ ਇਸ ਲੋੜ ਨੂੰ ਮਹਿਸੂਸ ਕੀਤਾ, ਕੀਤਾ ਤਾਂ ਸਾਡੇ 'ਚ ਵੀ ਸੀ। ਸਰਦਾਰ ਕਰਮ ਸਿੰਘ ਹਿਸਟੋਰੀਅਨ ਹੁਣਾਂ ਨੇ ਸਿੱਖਾਂ ਦੇ ਕ੍ਰੋਨੋਗ੍ਰਾਫਿਕ ਫੇਸ ਨੂੰ ਤੈਅ ਕਰਕੇ ਨਿਰਧਾਰਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਇਹ ਗੱਲ ਵੱਖਰੀ ਹੈ ਕਿ ਕੌਮ ਨੇ ਅਜੇ ਤੱਕ ਨਹੀਂ ਮੰਨੀ, ਕਿਉਂਕਿ ਸਾਡੇ 'ਚ ਮੈਂ ਨਾ ਮਾਨੂੰ ਦੀ ਰੱਟ ਲਗਾਉਣ ਦੀ ਪ੍ਰਵਿਰਤੀ ਬਹੁਤ ਜ਼ਿਆਦਾ ਹੈ। ਸੋ ਉਸ ਸਮੇਂ ਇਹਨਾਂ ਦੋਹਾਂ ਧਿਰਾਂ ਦੀ ਜਿਹੜੀ ਬਹਿਸ ਹੋਈ, ਇੱਕ ਪਾਸੇ ਹਿੰਦੂ ਧਰਮ ਦੇ ਪੁਜ਼ਾਰੀ ਵਰਗ ਬੈਠਾ ਸੀ, ਇੱਕ ਪਾਸੇ ਵਿਦਵਾਨ ਵਰਗ ਬੈਠਾ ਸੀ। ਅਖੀਰ ਦੇ ਵਿੱਚ ਨਿਰਣਾ ਇਹ ਲਿਆ ਗਿਆ ਕਿ ਵਿਦਵਾਨ ਜਿਹੜੀ ਗੱਲ ਕਹਿ ਰਹੇ ਨੇ ਉਹ ਗੱਲ ਬਿਲਕੁਲ ਠੀਕ ਹੈ, ਵਿਦਵਾਨ ਜਿਸ ਸਿੱਟੇ ਦੇ ਉੱਪਰ ਪਹੁੰਚੇ ਨੇ ਉਹ ਬਿਲਕੁਲ ਠੀਕ ਹੈ, ਔਰ ਪੁਜ਼ਾਰੀ ਵਰਗ ਨੇ ਉਹਨਾਂ ਦੇ ਸਾਹਮਣੇ ਉਹਨਾਂ ਦੇ ਸਤਿਕਾਰ ਦੇ ਵਿੱਚ ਉਹਨਾਂ ਦੀ ਗੱਲ ਨੂੰ ਮੰਨਿਆ ਕਿ ਤੁਸੀਂ ਜੋ ਗੱਲ ਕਹਿ ਰਹੇ ਹੋ ਉਹ ਬਿਲਕੁਲ ਠੀਕ ਹੈ। ਅਤੇ ਉਸ ਸਮੇਂ ਜਿਹੜਾ ਇਹਨਾਂ ਦੀ ਸਾਲ ਦੀ ਲੰਬਾਈ, ਬਿਕਰਮੀ ਦੀ ਲੰਬਾਈ ਜਿਹੜੀ ਸੀਗੀ ਉਹ 365.2587 ਸੀ, ਉਹਨੂੰ ਜਿਹੜਾ ਸੀ ਘਟਾ ਲਿਆ ਗਿਆ ਅਤੇ ਉਹ 365.2587 ਤੋਂ 25-63 ਕੀਤੀ ਗਈ। ਉਹਦੇ ਨਾਲ ਕੀ ਹੋਇਆ ਕਿ ਜਿਹੜਾ ਸਾਲ ਦੇ ਵਿੱਚ 24 ਮਿੰਟ ਦਾ ਅੰਤਰ ਸੀ ਉਹ 4 ਮਿੰਟ ਘੱਟ ਕੇ 20 ਮਿੰਟ ਰਹਿ ਗਿਆ, ਅਤੇ ਜਿਹੜਾ ਸੂਰਜੀ ਸਾਲ ਉਹਨਾਂ ਦਾ ਬਿਕਰਮੀ ਸਾਲ 60-62 ਸਾਲਾਂ ਦੇ ਵਿੱਚ ਇੱਕ ਦਿਨ ਦਾ ਫਰਕ ਪਾਉਂਦਾ ਸੀ, ਇੱਕ ਦਿਨ ਅੱਗੇ ਜਾਂਦਾ ਸੀ, ਉਹ ਜਿਹੜਾ ਦਿਨ ਸੀ ਉਹ 71 ਸਾਲਾਂ ਬਾਅਦ ਅੱਗੇ ਜਾਣ ਲੱਗਾ। ਭਾਵ ਕਿ ਭਾਵੇਂ ਉਹ ਪੂਰੇ ਤਰ੍ਹਾਂ ਦੇ ਨਾਲ ਆਪਣੇ ਸੂਰਜੀ ਕੈਲੰਡਰ ਨੂੰ ਮੌਸਮੀ ਕੈਲੰਡਰ ਦੇ ਨਾਲ ਬਿਲਕੁਲ ਸਮਰੂਪ ਨਾ ਕਰ ਸਕੇ, ਪਰ ਫਿਰ ਵੀ ਉਹਨਾਂ ਨੇ 4 ਮਿੰਟ ਦਾ ਜਿਹੜਾ ਫਰਕ ਸੀ ਪਾਇਆ, ਜਿਸ ਦਾ ਕਿ ਉਸ ਵੇਲੇ ਉਹਨਾਂ ਦੀ ਸਮੁੱਚੀ ਕੌਮੀਅਤ ਵੱਲੋਂ ਮੰਨਿਆ ਵੀ ਗਿਆ ਅਤੇ ਉਹਨਾਂ ਦਾ ਉਸ ਵੇਲੇ ਉਹਨਾਂ ਵੱਲੋਂ ਸਤਿਕਾਰ ਵੀ ਕੀਤਾ ਗਿਆ। ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਜੇਕਰ ਹਿੰਦੂ ਵਿਦਵਾਨ ਆਪਣੇ ਕੈਲੰਡਰ ਦੇ ਵਿੱਚ ਸੋਧ ਕਰਦੇ ਨੇ ਤਾਂ ਸਿੱਖਾਂ ਨੂੰ ਉਹ ਸਵੀਕਾਰ ਹੈ। ਮੈਂ ਇਹ ਸ਼ਬਦ ਇਸ ਕਰਕੇ ਵਰਤਿਆ ਕਿ 1964 ਦੇ ਵਿੱਚ ਜਦੋਂ ਉਹਨਾਂ ਨੇ ਆਪਣੇ ਕੈਲੰਡਰ ਦੇ ਵਿੱਚ ਸੋਧਾਂ ਕੀਤੀਆਂ ਤਾਂ ਸਿੱਖਾਂ ਨੇ ਵੀ ਉਹਨਾਂ ਵੱਲੋਂ ਉਸੇ ਹੀ ਜੰਤਰੀ ਨੂੰ ਸਵੀਕਾਰ ਕੀਤਾ ਜਿਹੜੀ ਕਿ ਉਜੈਨ ਨੂੰ ਧਰਮ ਦਾ ਕੇਂਦਰ ਮੰਨ ਕੇ ਦੁਬਾਰਾ ਸੋਧਾਂ ਦੇ ਦਾਇਰੇ 'ਚ ਲਿਆਂਦੀ ਗਈ ਸੀ। ਭਾਵ ਇਹ ਕਿ ਉਹਨਾਂ ਵੱਲੋਂ ਸੋਧਿਆ ਹੋਇਆ ਕੈਲੰਡਰ ਤਾਂ ਅਸੀਂ ਮੰਨ ਲਿਆ, ਪਰ ਜੇਕਰ ਇੱਕ ਸਿੱਖ ਵਿਦਵਾਨ ਆਪਣੀ ਜ਼ਿੰਦਗੀ ਦਾ ਇੰਨਾ ਸਮਾਂ ਲਾ ਕੇ ਇੱਕ ਸੋਧਿਆ ਹੋਇਆ ਕੈਲੰਡਰ ਸਾਨੂੰ ਦਿੰਦਾ ਹੈ ਤਾਂ ਉਹ ਅਸੀਂ ਉਹ ਮੰਨਣ ਨੂੰ ਤਿਆਰ ਨਹੀਂ, ਕਿਉਂਕਿ ਉਹ ਇੱਕ ਸਿੱਖ ਨੇ ਸੋਧਿਆ ਹੋਇਆ। ਅਤੇ ਮੈਂ ਮਾਫ਼ ਕਰਨਾ, ਮੈਂ ਦੁਬਾਰਾ ਕਹਿੰਦਾ ਕਿ ਕੱਲ੍ਹ ਨੂੰ ਫਿਰ ਕਿਤੇ ਉਜੈਨ ਵਾਲੇ ਆਪਣੀਆਂ ਜੰਤਰੀਆਂ ਦੇ ਵਿੱਚ ਸੋਧਾ ਕਰਨ ਤਾਂ ਸਿੱਖ ਮੰਨ ਲੈਣਗੇ, ਕੌਮ ਦੇ ਵਿੱਚ ਦੁਬਾਰਾ ਪਾਲ ਸਿੰਘ ਪੁਰੇਵਾਲ ਕੋਈ ਕੈਲੰਡਰ ਦੇਵੇ ਤਾਂ ਸਾਡੀ ਕੌਮ ਮੰਨਣ ਨੂੰ ਤਿਆਰ ਨਹੀਂ। ਇਹ ਸਾਡੀ ਟ੍ਰੈਜਡੀ ਹੈ, ਇਹ ਸਾਡੀ ਕੌਮ ਦੀ ਤ੍ਰਾਸਦੀ ਦਾ ਮੁੱਖ ਪੱਖ ਹੈ। ਇੱਕ ਹੋਰ ਬਲ ਬੜੀ ਕਹਿ ਦਿੱਤੀ ਜਾਂਦੀ ਹੈ, ਜਦੋਂ ਸਰਦਾਰ ਪਾਲ ਸਿੰਘ ਪੁਰੇਵਾਲ ਦਾ ਕੈਲੰਡਰ ਪੂਰਨ ਰੂਪ ਦੇ ਵਿੱਚ ਲਾਗੂ ਹੋਇਆ ਤਾਂ ਨਾਲ ਹੀ ਕੁਝ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਜੀ ਸੰਗਰਾਂਦਾਂ ਅੱਗੇ ਪਿੱਛੇ ਹੋ ਗਈਆਂ। ਪਹਿਲੀ ਗੱਲ ਤਾਂ ਗੁਰਮਤ ਵਿਚਾਰਧਾਰਾ ਇੱਕ ਗੱਲ 'ਤੇ ਬੜੀ ਸਪਸ਼ਟ ਹੈ, ਸਿੱਖ ਧਰਮ ਦੇ ਵਿੱਚ ਕੋਈ ਵੀ ਦਿਹਾੜਾ ਪਵਿੱਤਰ ਨਹੀਂ ਅਤੇ ਕੋਈ ਵੀ ਦਿਹਾੜਾ ਅਪਵਿੱਤਰ ਨਹੀਂ, ਨਾ ਕੋਈ ਸ਼ੁੱਭ ਹੈ ਨਾ ਕੋਈ ਅਸ਼ੁੱਭ ਹੈ। ਸੰਗਰਾਂਦ ਠੀਕ ਹੈ, 12 ਮਾਹ ਦੇ ਮੁਤਾਬਕ ਅਸੀਂ ਮਹੀਨੇ ਦੀ ਸ਼ੁਰੂਆਤ ਉਸਨੂੰ ਗਿਣਦੇ ਹਾਂ, ਉਸ ਦੇ ਮੁਤਾਬਕ ਅਸੀਂ ਗੁਰੂ ਘਰ ਜਾ ਕੇ ਵੀ ਇਹ ਗੱਲ ਕਹਿੰਦੇ ਹਾਂ ਕਿ ਜਿਨ੍ਹਾਂ ਦੇ ਉੱਪਰ ਪਰਮਾਤਮਾ ਦੀ ਨਜ਼ਰ ਅਤੇ ਰਹਿਮਤ ਹੁੰਦੀ ਹੈ ਉਹਨਾਂ ਦੇ ਵਾਸਤੇ ਸਾਰੇ ਦਿਨ ਚੰਗੇ ਹੁੰਦੇ ਆ। ਅਸੀਂ ਗੁਰੂ ਦੀ ਗੋਦ 'ਚ ਇਹੀ ਅਰਦਾਸ ਕਰਕੇ ਆਉਂਦੇ, ਨਾ ਕਿ ਸੰਗਰਾਂਦ ਦੇ ਪੁਜਾਰੀ ਬਣ ਕੇ ਆਉਂਦੇ। ਅਤੇ ਮਾਫ਼ ਕਰਨਾ, ਹੁਣ ਕਿਹਾ ਜਾਣ ਲੱਗਾ ਸੀ ਕਿ ਪੁਰੇਵਾਲ ਦੇ ਕੈਲੰਡਰ ਦੇ ਨਾਲ ਸੰਗਰਾਂਦਾਂ ਅੱਗੇ ਪਿੱਛੇ ਹੋ ਗਈਆਂ ਨੇ। ਇੱਕ ਸਿੱਖ ਕੈਲੰਡਰ ਤਿਆਰ ਕਰੇ ਤਾਂ ਸਾਨੂੰ ਸੰਗਰਾਂਦਾਂ ਦਾ ਧਿਆਨ ਆ ਜਾਂਦਾ ਹੈ, ਪਰ ਜਦੋਂ 1964 ਦੇ ਵਿੱਚ ਇਹਨਾਂ ਹਿੰਦੂ ਵਿਦਵਾਨਾਂ ਨੇ ਆਪਣੇ ਕੈਲੰਡਰ ਦੇ ਦਿਨ ਨਿਰਧਾਰਤ ਕੀਤੇ ਸੀ ਤਾਂ ਉਦੋਂ ਸੰਗਰਾਂਦਾਂ ਅੱਗੇ ਪਿੱਛੇ ਹੋਈਆਂ ਸੀ, ਸਾਨੂੰ ਉਹਦੇ 'ਤੇ ਕੋਈ ਕਿੰਤੂ ਨਹੀਂ ਸੀ ਕਿਉਂਕਿ ਕਿਸੇ ਸਿੱਖ ਨੇ ਨਹੀਂ ਸੀ ਬਣਾਇਆ। ਇਹ ਬਹੁਤ ਕੁਝ ਸਮਝਣ ਦੀ ਲੋੜ ਹੈ ਕਿ ਉਹਨਾਂ ਨੇ ਤਾਂ ਆਪਣਾ ਕੈਲੰਡਰ ਉਹਦੇ ਮੁਤਾਬਕ ਜਿਹੜਾ ਸੀ ਕੋਸ਼ਿਸ਼ ਕੀਤੀ, ਭਾਵੇਂ ਕਿ ਪੂਰੀ ਤਰ੍ਹਾਂ ਦੇ ਨਾਲ ਉਹ ਆਪਣੇ ਸੋਲਰ ਈਅਰ ਨੂੰ ਟ੍ਰੋਪੀਕਲ ਦੇ ਨਾਲ ਐਕੂਰੇਟ ਨਹੀਂ ਕਰ ਸਕੇ, ਪਰ ਉਹਨਾਂ ਨੇ ਕੋਸ਼ਿਸ਼ ਜ਼ਰੂਰ ਕੀਤੀ। ਅਤੇ ਮਾਫ਼ ਕਰਨਾ, ਜੇਕਰ ਅੱਜ ਇੱਕ ਸਿੱਖ ਨੇ ਕੋਸ਼ਿਸ਼ ਕੀਤੀ ਹੈ ਸਾਡੇ ਸਾਹਮਣੇ ਦੁਨੀਆ ਦੇ ਕਹਿ ਸਕਦਾ ਕਿ ਕੈਲੰਡਰ ਸਿਸਟਮ ਦੇ ਬਰਾਬਰ ਸਮਰੂਪ ਇੱਕ ਕੈਲੰਡਰ ਸਾਡੀ ਕੌਮ ਨੂੰ ਦਿੱਤਾ ਹੈ, ਅਸੀਂ ਮੰਨਣ ਨੂੰ ਤਿਆਰ ਨਹੀਂ। ਮੈਂ ਦੁਬਾਰਾ ਫਿਰ ਇਹ ਗੱਲ ਕਹਿ ਦੇਵਾਂ ਕਿ ਕੈਲੰਡਰ ਦੇ ਵਿੱਚ ਤਾਰੀਖਾਂ ਵਾਲੀ ਦੇ ਵਿੱਚ, ਇਤਿਹਾਸ ਦੇ ਕ੍ਰੋਨੋਗ੍ਰਾਫਿਕ ਫੇਸ ਦੇ ਵਿੱਚ ਜਾਂ ਤਰੀਕਾਂ ਨੂੰ ਡਿਸਾਈਡ ਕਰਨ ਦੇ ਵਿੱਚ ਕੁਝ ਤਰੁੱਟੀਆਂ ਹੋ ਸਕਦੀਆਂ ਨੇ, ਪਰ ਇਹਦਾ ਇਹ ਭਾਵ ਨਹੀਂ ਹੈ ਕਿ ਅਸੀਂ ਸਮੁੱਚੇ ਹੀ ਉਸ ਕੈਲੰਡਰ ਨੂੰ ਰੱਦ ਕਰ ਦਈਏ ਜਿਹੜਾ ਕਿ ਅੱਜ ਨਹੀਂ ਤਾਂ ਅਗਲੇ 200 ਸਾਲ ਨੂੰ ਕੌਮ ਦੀ ਲੋੜ ਜ਼ਰੂਰ ਹੋਵੇਗੀ। ਇਹ ਗੱਲ ਮੈਂ ਦਾਅਵੇ ਨਾਲ ਕਹਿ ਦਿੰਦਾ,
ਅੱਜ ਨਾ ਮੰਨੋ, ਕੱਲ੍ਹ ਨਾ ਮੰਨੋ, ਹੋਰ 20 ਸਾਲ ਨਾ ਮੰਨੋ, ਕਿਉਂਕਿ ਜਿਹੜਾ ਅੰਤਰ ਪੈ ਰਿਹਾ ਹੈ ਉਹ 71 ਸਾਲਾਂ ਦੇ ਬਾਅਦ ਪੈ ਰਿਹਾ। ਅਕਸਰ ਜਦੋਂ ਅਸੀਂ ਵੇਖਦੇ ਹਾਂ, ਕਿਉਂਕਿ ਅਸੀਂ ਜਿਹੜੇ ਜ਼ਿਆਦਾ ਦਿਹਾੜੇ ਮਨਾ ਰਹੇ ਹਾਂ ਉਹ ਆਪਣੇ ਬਿਕਰਮੀ ਸੂਰਜ ਕੈਲੰਡਰ ਆਧਾਰਿਤ ਮਨਾਉਂਦੇ ਹਾਂ, ਤਾਂ ਅਸੀਂ ਸੋਚਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਇਹਦਾ ਕੀ ਫਰਕ ਪਿਆ। ਕਿਉਂਕਿ ਅਸੀਂ ਜਦੋਂ ਇਸ ਨੂੰ ਵੇਖਦੇ ਹਾਂ ਤਾਂ ਆਮ ਮਨੁੱਖ ਆਪਣੀ ਜਿਹੜੀ ਐਵਰੇਜ ਉਮਰ ਹੈ ਜਾਂ ਜਿਹੜੀ ਉਹਦੀ ਜਿੰਨੀ ਕੁ ਤੁਸੀਂ ਕਹਿ ਸਕਦੇ ਹੋ ਕਿ ਉਹਦੀ ਅਨੁਮਾਨਿਤ ਉਮਰ ਹੈ ਉਹਦੇ ਹਿਸਾਬ ਨਾਲ ਵੇਖਦਾ ਹੈ ਕਿ ਜੇ 60-70 ਸਾਲ ਦੇ ਵਿੱਚ ਉਹ ਵੇਖਦਾ ਕੋਈ ਫਰਕ ਨਹੀਂ ਪਿਆ। ਪਰ ਇਹ ਵੀ ਗੱਲ ਨਹੀਂ ਹੈ, ਜਿਹੜੇ ਵੀਰ ਸਾਡੇ ਤੋਂ ਵੱਡੀ ਉਮਰ ਦੇ ਕੁਛ ਬੈਠੇ ਨੇ ਕੋਈ 70 ਸਾਲ ਜਾਂ 60 ਸਾਲ ਦੇ, ਜੇਕਰ ਉਹ ਪਿਛਲੇ ਕੁਛ ਦਹਾਕਿਆਂ ਨੂੰ ਵੇਖਣ ਤਾਂ ਕੁਝ ਸਮੇਂ ਦੇ ਵਿੱਚ ਇਹ ਫਰਕ ਜ਼ਰੂਰ ਨਜ਼ਰ ਆਵੇਗਾ ਤੁਹਾਨੂੰ। ਮੈਂ ਇੱਕ ਉਦਾਹਰਣ ਦਿੰਦਾ, ਤੁਸੀਂ 3-4 ਦਹਾਕੇ ਪਿੱਛੇ ਚਲੇ ਜਾਓ ਜਾਂ ਉਹਦੇ ਤੋਂ ਵੀ ਘੱਟ ਸਮਾਂ, ਤਾਂ ਉਸ ਸਮੇਂ ਦੇ ਵਿੱਚ ਜਿਹੜਾ ਵਿਸਾਖੀ ਦਾ ਦਿਹਾੜਾ, ਇੱਕ ਵਿਸਾਖ ਜਿਹੜਾ ਸੀ ਤਕਰੀਬਨ 13 ਅਪ੍ਰੈਲ ਨੂੰ ਆਉਂਦਾ ਸੀ ਮੇਰੇ ਖਿਆਲ ਦੇ ਨਾਲ। ਅਸੀਂ ਵੀ ਜਦੋਂ ਛੋਟੇ ਹੁੰਦੇ ਕਿਤਾਬਾਂ 'ਚ ਪੜ੍ਹਦੇ ਰਹੇ ਹਾਂ ਤਾਂ ਵਿਸਾਖੀ 13 ਅਪ੍ਰੈਲ ਨੂੰ ਮਨਾਈ ਜਾਂਦੀ ਹੈ, ਅੱਜ ਵਿਸਾਖੀ ਜਿਹੜੀ ਹੈ ਉਹ 14 ਅਪ੍ਰੈਲ ਚਲੀ ਗਈ ਹੈ। ਕਿਉਂਕਿ ਇਹ ਜਿਹੜਾ ਫਰਕ ਪੈ ਰਿਹਾ ਉਹ ਬੜਾ ਥੋੜ੍ਹਾ ਜਿਹਾ, ਸਾਲ ਦੇ ਵਿੱਚ ਕੇਵਲ 20 ਮਿੰਟ ਦਾ ਹੈ, ਅਤੇ ਜਦੋਂ ਤੁਸੀਂ ਉਹਨੂੰ 71-72 ਦੇ ਨਾਲ ਮਲਟੀਪਲਾਈ ਕਰਦੇ ਹੋ, ਗੁਣਾ ਕਰਕੇ ਵੇਖਦੇ ਹੋ, ਤਾਂ 1440 ਮਿੰਟ ਜਦੋਂ ਬਣ ਜਾਂਦੇ ਆ ਤਾਂ ਉਹ ਫਿਰ ਵੱਡਾ ਅੰਤਰ ਬਣ ਜਾਂਦਾ ਹੈ। 1440 ਨੂੰ ਜਦੋਂ ਤੁਸੀਂ 60 ਦੇ ਉੱਪਰ ਡਿਵਾਈਡ ਕਰਦੇ ਹੋ ਤਾਂ ਉਹ 24 ਘੰਟੇ ਬਣ ਜਾਂਦੇ ਆ, ਅਤੇ 24 ਘੰਟਿਆਂ ਦਾ ਇੱਕ ਦਿਨ ਬਣ ਜਾਂਦਾ। ਉਹ ਜਿਹੜਾ ਵਾਧਾ ਹੈ ਉਹਦੇ ਨਾਲ ਜਿਹੜਾ ਇਹ ਸਾਡੇ ਦਿਨ ਤਿਉਹਾਰ ਨੇ ਉਹ ਹਰ 71 ਸਾਲ ਬਾਅਦ ਇੱਕ ਦਿਨ ਜਿਹੜੇ ਨੇ ਉਹ ਅੱਗੇ ਜਾਂਦੇ ਜਾ ਰਹੇ ਨੇ। ਔਰ ਇਹ ਸਮੱਸਿਆ ਕਿਸੇ ਸਮੇਂ ਈਸਾਈ ਧਰਮ ਦੇ ਵਿੱਚ ਵੀ ਆਈ। ਜੇਕਰ ਤੁਸੀਂ ਆਮ ਦੋ ਕੈਲੰਡਰਾਂ ਦੀ ਗੱਲ ਕਿਤਾਬਾਂ ਦੇ ਵਿੱਚ ਪੜ੍ਹਦੇ ਹੋ, ਇੱਕ ਤਾਂ ਜੂਲੀਅਨ ਕੈਲੰਡਰ ਹੈ, ਉਸ ਤੋਂ ਬਾਅਦ ਗ੍ਰੈਗੋਰੀਅਨ ਕੈਲੰਡਰ ਹੈ। ਜਿਹੜਾ ਜੂਲੀਅਨ ਕੈਲੰਡਰ ਸੀ ਉਹਦੇ ਵਿੱਚ ਜਿਹੜੀ ਉਹਨਾਂ ਵੱਲੋਂ ਸੂਰਜੀ ਸਾਲ ਦੀ ਜਿਹੜੀ ਲੰਬਾਈ ਤੈਅ ਕੀਤੀ ਗਈ ਸੀ ਉਹ 365.25 ਸੀ। ਮੈਂ ਫਿਰ ਬਾਰ ਬਾਰ ਦੁਹਰਾ ਰਿਹਾ ਕਿ ਜਿਹੜਾ ਮੌਸਮੀ ਸਾਲ ਹੁੰਦਾ, ਜਿਹੜਾ ਬਿਲਕੁਲ ਤੁਸੀਂ ਕਹਿ ਸਕਦੇ ਹੋ ਕਿ ਨਿਰਧਾਰਿਤ ਸਮਾਂ ਹੈ ਧਰਤੀ ਦਾ ਇੱਕ ਪੁਆਇੰਟ ਤੋਂ ਸ਼ੁਰੂ ਹੋ ਕੇ ਦੂਜੇ ਪੁਆਇੰਟ ਤੱਕ ਜਾਣ ਦਾ, ਉਹ ਜਿਹੜਾ ਹੈ 365.2422 ਦਿਨ ਹੁੰਦਾ ਹੈ, ਅਤੇ ਜਿਹੜਾ ਜੂਲੀਅਨ ਕੈਲੰਡਰ ਸੀ ਉਹ 365.25 ਸੀ। ਉਹ ਜਿਹੜਾ ਕੁਛ ਪੁਆਇੰਟਾਂ ਦਾ ਫਰਕ ਪੈ ਰਿਹਾ ਸੀ, ਭਾਵੇਂ ਕਿ ਇੱਕ ਗੱਲ ਇੱਥੇ ਜ਼ਿਕਰਯੋਗ ਹੈ ਕਿ ਉਹਨਾਂ ਸਮਿਆਂ ਦੇ ਵਿੱਚ 1582 ਤੱਕ ਜਿਹੜਾ ਇਹ ਕੈਲੰਡਰ ਵਰਤਿਆ ਜਾਂਦਾ ਰਿਹਾ, ਇਹ ਜਿਹੜਾ ਯੂਲੀਅਨ ਕੈਲੰਡਰ ਸੀ ਇਹ ਸਾਡੇ ਹਿੰਦੁਸਤਾਨ ਦੇ ਵਿੱਚ ਵਰਤੇ ਜਾਂਦੇ ਬਿਕਰਮੀ ਕੈਲੰਡਰ ਤੋਂ ਬਹੁਤ ਐਕੂਰੇਟ ਸੀ। ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਬਿਕਰਮੀ ਕੈਲੰਡਰ 61 ਸਾਲ ਬਾਅਦ ਇੱਕ ਦਿਨ ਅੱਗੇ ਜਾ ਰਿਹਾ ਸੀ ਅਤੇ ਯੂਲੀਅਨ ਕੈਲੰਡਰ 128 ਸਾਲ ਬਾਅਦ ਅੱਗੇ ਜਾ ਰਿਹਾ ਸੀ ਇੱਕ ਦਿਨ। ਤੁਸੀਂ ਆਪ ਵੇਖ ਲਓ ਕਿ ਉਹਨਾਂ ਸਮਿਆਂ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਕੈਲੰਡਰ ਸੀ ਸਾਡੇ ਨਾਲੋਂ ਦੂਣਾ ਐਕੂਰੇਟ ਸੀ, ਕਿ ਉਹ ਦੂਣਾ ਸਮਾਂ ਵੱਧ ਕੱਢ ਰਿਹਾ ਸੀ, ਅਤੇ ਜਿਹਨਾਂ ਸਮਿਆਂ ਦੇ ਵਿੱਚ 1964 ਦੇ ਵਿੱਚ ਸੋਧਾਂ ਕੀਤੀਆਂ ਗਈਆਂ ਨੇ ਉਹਨਾਂ ਦਾ 1582 ਵਾਲਾ ਕੈਲੰਡਰ ਸਾਡੇ ਸੋਧਾਂ ਕੀਤੇ ਕੈਲੰਡਰ ਤੋਂ ਫਿਰ ਵੀ ਚੰਗਾ ਸੀ। ਪਰ ਫਿਰ ਵੀ ਉਹਨਾਂ ਨੂੰ ਇੱਕ ਗੱਲ ਮਹਿਸੂਸ ਹੋ ਰਹੀ ਸੀ ਕਿ ਕਿਤੇ ਨਾ ਕਿਤੇ ਕੈਲੰਡਰ ਦੇ ਵਿੱਚ ਘਾਟ ਹੈ। ਸੋ 1582 ਦੇ ਵਿੱਚ ਜਿਸ ਵੇਲੇ ਪੋਪ ਗ੍ਰੈਗਰੀ ਨੇ ਉਹ ਜਿਹੜਾ ਕੈਲੰਡਰ ਸੀ ਉਹ ਲਾਗੂ ਕੀਤਾ ਅਕਤੂਬਰ ਦੇ ਵਿੱਚ, ਅਤੇ 4 ਅਕਤੂਬਰ ਤੋਂ 15 ਅਕਤੂਬਰ ਦਾ ਫਰਕ ਕੱਢਿਆ ਗਿਆ। ਇਹ ਫਰਕ ਕੱਢਣਾ ਜ਼ਰੂਰੀ ਕਿਉਂ ਸੀ ਇਹ ਵੀ ਸਮਝਣਾ ਜ਼ਰੂਰੀ ਹੈ, ਕਿਉਂਕਿ ਉਹਨਾਂ ਦਾ ਜਿਹੜਾ ਯੂਲੀਅਨ ਕੈਲੰਡਰ ਸੀ ਉਹ 128 ਸਾਲ ਬਾਅਦ ਅੱਗੇ ਜਾ ਰਿਹਾ ਸੀ। ਅਤੇ ਜੇਕਰ ਤੁਸੀਂ ਜੀਸਸ ਕ੍ਰਾਈਸਟ ਦੇ ਜਨਮ ਤੋਂ ਵੇਖੋ, ਜਿਹਨੂੰ 25 ਦਸੰਬਰ ਮੰਨ ਲਿਆ ਗਿਆ ਸੀ, ਤਾਂ 128 ਸਾਲਾਂ ਦੇ ਵਿੱਚ ਅੱਗੇ ਜਾਂਦਾ ਜਾਂਦਾ ਉਹਨਾਂ ਦਾ ਜਿਹੜਾ ਸੀਗਾ ਉਹ 11 ਦਿਨ ਦਾ ਜਿਹੜਾ ਫਰਕ ਸੀਗਾ ਉਹ ਪੈ ਚੁੱਕਾ ਸੀ। ਸੋ ਉਸ 11-12 ਦਿਨ ਦੇ ਫਰਕ ਨੂੰ ਕੱਢਣ ਦੇ ਵਾਸਤੇ ਉਹਨਾਂ ਨੇ 4 ਅਕਤੂਬਰ ਤੋਂ 15 ਅਕਤੂਬਰ ਕੀਤੀ। ਬਹੁਤੇ ਲੋਕਾਂ ਨੇ ਨਹੀਂ ਮੰਨਿਆ। ਮੈਂ ਕਈ ਵਾਰੀ ਅਕਸਰ ਸੋਚਦਾ ਹੁੰਦਾ ਕਿ ਪੋਪ ਗ੍ਰੈਗਰੀ ਵੱਲੋਂ ਤਿਆਰ ਕੀਤਾ ਗਿਆ ਕੈਲੰਡਰ ਜਿਹੜਾ ਅੱਜ ਸਾਰੀ ਦੁਨੀਆ ਤਕਰੀਬਨ ਮੰਨਦੀ ਹੈ ਉਹਦੇ ਸਮੇਂ 'ਚ ਨਹੀਂ ਮੰਨਿਆ ਗਿਆ, ਕਿਉਂਕਿ ਉਦੋਂ ਵੀ ਜਿਹੜਾ ਆਰਥੋਡਾਕਸ ਚਰਚ ਸੀ ਜਿਹੜੇ ਉਹਨਾਂ ਦੇ ਧਰਮ ਦੇ ਪੁਜਾਰੀ ਸੀ ਜਾਂ ਕਹਿ ਸਕਦੇ ਹਾਂ ਕਿ ਸਾਡੇ ਵੱਲੋਂ ਉਹਨਾਂ ਦਾ ਵੀ ਸਾਡੇ ਵਾਂਗੂ ਇੱਕ ਸਾਧ ਲਾਉਣਾ ਸੀ, ਉਹਨੇ ਵੀ ਕਿਹਾ ਕਿ ਨਹੀਂ ਇਹ ਨਵੀਆਂ ਸੋਧਾਂ ਕਰ ਦਿੱਤੀਆਂ ਨੇ, ਇਹ ਸਾਡੇ ਧਰਮ ਦੀਆਂ ਜਿਹੜੀਆਂ ਤਰੀਕਾਂ ਉਹ ਬਦਲ ਜਾਣਗੀਆਂ, ਤਿਉਹਾਰ ਬਦਲ ਜਾਣਗੇ, ਬਹੁਤ ਕੁਛ ਉਹਨਾਂ ਨੇ ਰੌਲਾ ਰੱਪਾ ਪਾਇਆ। ਪਰ ਅਖੀਰ ਜਦੋਂ 225 ਸਾਲ ਤੋਂ ਬਾਅਦ ਉਹਨਾਂ ਨੂੰ ਸੋਝੀ ਆਈ ਤਾਂ ਫਿਰ ਇੰਗਲੈਂਡ ਨੇ ਵੀ ਇਸ ਕੈਲੰਡਰ ਨੂੰ ਮਾਨਤਾ ਦਿੱਤੀ, ਅਤੇ ਉਹਨਾਂ ਨੇ ਪਹਿਲੀ ਵਾਰੀ ਜਿਹੜੀਆਂ ਸੋਧਾਂ ਹੋਈਆਂ ਸੀਗੀਆਂ ਉਹ 1582 'ਚ ਹੋਈਆਂ ਸੀ, ਫਿਰ 1752 ਦੇ ਵਿੱਚ ਉਹਨਾਂ ਵੱਲੋਂ ਵੀ 2 ਸਤੰਬਰ ਤੋਂ ਸਿੱਧੀ 14 ਸਤੰਬਰ ਕਰ ਦਿੱਤੀ ਗਈ, ਅਤੇ ਉਹਨਾਂ ਨੇ ਵੀ ਆਪਣੇ ਜਿਹੜੇ 11-12 ਦਿਨ ਦਾ ਫਰਕ ਸੀ ਉਹ ਕੱਢਿਆ। ਜੇ ਉਹ ਫਰਕ ਨਹੀਂ ਸੀ ਕੱਢਦੇ ਤਾਂ ਉਹਨਾਂ ਦੀ ਉਸ ਵੇਲੇ ਜਿਹੜੀ ਕ੍ਰਿਸਮਸ ਹੈ ਉਹ ਸੂਰਜੀ ਅਤੇ ਮੌਸਮੀ ਕੈਲੰਡਰ ਦੇ ਸਮਤੋਲ ਨੂੰ ਵਿਗੜਨ ਕਰਕੇ ਉਹ 5-6 ਜਨਵਰੀ ਨੂੰ ਜਾ ਰਹੀ ਸੀ। ਵੈਸੇ ਅੱਜ ਵੀ ਥੋੜ੍ਹਾ ਜਿਹਾ ਇੱਕ ਫਿਰਕਾ ਹੈ ਉਹਨਾਂ ਦਾ ਜਿਹੜਾ ਸਾਡੇ ਵਰਗਾ ਹੈ,
ਉਹ ਅਜੇ ਵੀ ਕੁਛ ਥਾਵਾਂ ਦੇ ਉੱਪਰ 6-7 ਜਨਵਰੀ ਨੂੰ ਕ੍ਰਿਸਮਸ ਮਨਾਉਂਦਾ ਹੈ। ਉਹ ਆਪਣੇ ਪੁਰਾਣੇ ਯੂਲੀਅਨ ਕੈਲੰਡਰ ਦੇ ਆਧਾਰ ਦੇ ਉੱਪਰ ਹੀ ਚੱਲੇ ਹੋਏ ਨੇ, ਪਰ ਉਹਨਾਂ ਨੂੰ ਆਧਾਰ ਮੰਨ ਕੇ ਅਸੀਂ ਵੀ ਜਿਸ ਤਰ੍ਹਾਂ ਸਾਡੇ ਵੀ ਕੁਝ ਵੀਰ ਕਹਿ ਦਿੰਦੇ ਨੇ ਜੀ, ਉਹਨਾਂ ਦੇ ਵਿੱਚ ਵੀ ਤਾਂ ਇੱਕ ਫਿਰਕਾ ਹੈ ਜਿਹੜਾ ਪੁਰਾਤਨ ਕੈਲੰਡਰ ਨੂੰ ਮੰਨਦਾ, ਜਿਹੜਾ ਚੰਦਰ ਆਧਾਰਿਤ ਗ੍ਰਹਿਾਂ ਨੂੰ ਆਪਣਾ ਮਾਫ਼ ਕਰਨਾ ਤਿਉਹਾਰਾਂ ਨੂੰ ਮੰਨਦਾ, ਇਸੇ ਤਰ੍ਹਾਂ ਇਸਲਾਮ ਹਿਜਰੀ ਕੈਲੰਡਰ ਨੂੰ ਮੰਨਦਾ ਜਿਹੜਾ ਬਿਲਕੁਲ ਚੰਦਰ ਆਧਾਰਿਤ ਹੈ। ਅਤੇ ਮੇਰੇ ਵੀਰੋ, ਉਹਨਾਂ ਦੇ ਧਰਮ ਦੀਆਂ ਆਪਣੀਆਂ ਸਮੱਸਿਆਵਾਂ ਨੇ। ਇਸਲਾਮ ਜੇਕਰ ਚੰਦਰ ਆਧਾਰਿਤ ਕੈਲੰਡਰ ਨੂੰ ਮੰਨਦਾ ਹੈ ਤਾਂ ਉਹ ਆਪਣੇ ਸਾਰੇ ਹੀ ਤਿਉਹਾਰ ਚੰਦਰ ਆਧਾਰਿਤ ਕੈਲੰਡਰ ਦੇ ਉੱਪਰ ਮਨਾਉਂਦਾ ਹੈ, ਪਰ ਅਸੀਂ ਦੁਬਿਧਾ ਦੇ ਸ਼ਿਕਾਰ ਹੈ। ਮਾਫ਼ ਕਰਨਾ, ਅਸੀਂ ਜੇਕਰ ਪੂਰੀ ਤਰ੍ਹਾਂ ਦੇ ਨਾਲ ਬਿਕਰਮੀ ਨੂੰ ਹੀ ਅਪਣਾਉਣਾ ਹੈ। ਤਾਂ ਮੈਂ ਇੱਕ ਉਦਾਹਰਨ ਦੇਵਾਂ ਕਿ ਅਸੀਂ ਘੱਲੂਘਾਰਾ ਦਿਵਸ 6 ਜੂਨ ਨੂੰ ਕਿਉਂ ਮਨਾਉਂਦੇ ਹਾਂ? ਅਸੀਂ ਕੋਈ ਹਾੜ ਦਾ ਦਿਨ ਕਿਉਂ ਨਹੀਂ ਨਿਰਧਾਰਿਤ ਕਰਦੇ? ਅਤੇ ਜੇ ਅਸੀਂ ਹਾੜ ਦਾ ਦਿਨ ਨਿਰਧਾਰਿਤ ਕਰਾਂਗੇ ਤੇ ਉਹ ਕਦੀ ਵੀ ਉਹ ਹਾੜ 6 ਜੂਨ ਨੂੰ ਨਹੀਂ ਆਵੇਗਾ, ਬਲਕਿ 71 ਸਾਲ ਬਾਅਦ ਉਹ ਬਦਲਦਾ ਜਾਵੇਗਾ। ਤੇ ਕੋਈ ਐਸਾ ਸਮਾਂ ਵੀ ਆਵੇਗਾ ਜਦੋਂ ਇਹਨਾਂ ਦਾ ਉਹ ਵਾਲਾ ਹਾੜ, ਜਦੋਂ ਘੱਲੂਘਾਰਾ ਦਿਵਸ ਵਾਪਰਿਆ ਹੋਏਗਾ ਜਾਂ ਸੰਤ ਜਰਨੈਲ ਸਿੰਘ ਦੀ ਸ਼ਹਾਦਤ ਹੋਈ ਹੋਵੇਗੀ, ਉਹ ਦਿਨ ਜਿਹੜੇ ਨੇ ਉਹ ਅਕਤੂਬਰ ਨਵੰਬਰ ਦੇ ਹੋਣਗੇ। ਸੋ ਇਹ ਸਮੱਸਿਆਵਾਂ ਬਹੁਤ ਨੇ ਜਿਨ੍ਹਾਂ ਦੇ ਉੱਪਰ ਸਾਨੂੰ ਚਿੰਤਨ ਕਰਨ ਦੀ ਲੋੜ ਹੈ। ਸੋ ਇਸਲਾਮ ਨੇ ਆਪਣੇ ਮੁਤਾਬਕ ਆਪਣੇ ਕੈਲੰਡਰ ਨੂੰ ਰੱਖਿਆ ਹੈ, ਈਸਾਈ ਜਗਤ ਨੇ ਆਪਣੇ ਮੁਤਾਬਕ ਰੱਖਿਆ ਹੈ। ਸੋ ਅਸੀਂ ਉਹਨਾਂ ਦੀਆਂ ਉਦਾਹਰਨਾਂ ਦੇ ਕਿ ਆਪਣੇ ਧਰਮ ਦਾ ਜਿਹੜਾ ਕ੍ਰੋਨੋਗ੍ਰਾਫਿਕ ਫੇਸ ਹੈ, ਜਿਹੜਾ ਸਾਡੇ ਧਰਮ ਦਾ ਜਿਹੜਾ ਆਧਾਰ ਹੈ, ਇਤਿਹਾਸਿਕ ਤਾਰੀਖਾਂ ਵਾਲੀਆਂ ਨੇ, ਅਸੀਂ ਉਹਨਾਂ ਨੂੰ ਅਸਰ ਅੰਦਾਜ਼ ਕਿਉਂ ਕਰ ਰਹੇ ਹਾਂ? ਅਤੇ ਕੁਝ ਵੀਰਾਂ ਦੀਆਂ ਮੈਂ ਕਿਤਾਬਾਂ ਪੜ੍ਹ ਰਿਹਾ ਸੀ, ਉਹਨਾਂ 'ਤੇ ਇਹ ਵੀ ਕਹਿ ਦਿੱਤਾ ਜੀ ਜਦੋਂ ਉਹਨਾਂ ਨੇ ਈਸਾਈਆਂ ਨੇ ਆਪਣੇ ਕੈਲੰਡਰ 'ਚ ਸੋਧ ਕੀਤੀ ਹੈ 1752 ਦੇ ਵਿੱਚ, ਉਹਨਾਂ 2 ਸਤੰਬਰ ਤੋਂ ਸਿੱਧਾ 14 ਸਤੰਬਰ ਲੈ ਆਉਂਦਾ, ਤਾਂ ਉਹਦੇ ਨਾਲ ਹਫ਼ਤਿਆਂ ਦੇ ਦਿਨਾਂ 'ਚ ਬੜਾ ਫਰਕ ਪੈ ਗਿਆ। ਇਵੇਂ ਦੀ ਕੋਈ ਗੱਲ ਨਹੀਂ ਹੈ, ਉਹਨਾਂ ਨੇ ਉਸ ਸਾਲ ਆਪਣੇ ਸਤੰਬਰ ਦੇ ਮਹੀਨੇ ਨੂੰ 20 ਦਿਨਾਂ ਦਾ ਨਿਰਧਾਰਿਤ ਕੀਤਾ ਸੀ। ਅਤੇ ਉਹਦਾ ਉਹ ਤਾਂ ਇੱਥੋਂ ਤੱਕ ਕਹਿ ਦਿੰਦੇ ਜੀ ਬਿਕਰਮੀ ਕੈਲੰਡਰ ਵੀ ਇਹਦੇ ਨਾਲ ਅਸਰ ਅੰਦਾਜ਼ ਹੋਇਆ, ਨਹੀਂ ਬਿਕਰਮੀ ਕੈਲੰਡਰ ਇਹਦੇ ਨਾਲ ਬਿਲਕੁਲ ਅਸਰ ਅੰਦਾਜ਼ ਨਹੀਂ ਹੋਇਆ। ਬਿਕਰਮੀ ਕੈਲੰਡਰ ਦੇ ਮੁਤਾਬਕ ਉਸ ਦਿਨ 1752 2 ਸਤੰਬਰ ਨੂੰ ਜਿਹੜੀ 2 ਅੱਸੂ ਦੀ ਤਰੀਕ ਸੀ, ਅਗਲੇ ਦਿਨ ਇਹਨਾਂ ਦੀ ਜਦੋਂ ਉਹਨਾਂ ਨੇ 2 ਤੋਂ 14 ਕਰ ਲਈ, ਇਹਨਾਂ ਦੀ 3 ਅੱਸੂ ਸੀ, ਉਹ ਕਿਸੇ ਤਰੀਕੇ ਦੇ ਨਾਲ ਵੀ ਇਹ ਅਸਰ ਅੰਦਾਜ਼ ਨਹੀਂ ਸੀ ਹੋਇਆ। ਸੋ ਇਹ ਜਿਹੜੇ ਭਰਮ ਭੁਲੇਖੇ ਨੇ, ਇਹ ਕੁਝ ਉਹਨਾਂ ਲੋਕਾਂ ਵੱਲੋਂ ਜਿਹੜੇ ਭੂਗੋਲ ਅਤੇ ਖਗੋਲ ਦੀ ਜਾਣਕਾਰੀ ਨਹੀਂ ਰੱਖਦੇ। ਵੈਸੇ ਮੈਂ ਵੀ ਕੋਈ ਭੂਗੋਲ ਜਾਂ ਖਗੋਲ ਦਾ ਵਿਦਿਆਰਥੀ ਨਹੀਂ ਹਾਂ, ਪੇਸ਼ੇ ਵਜੋਂ ਮੈਂ ਇੱਕ ਡਾਕਟਰ ਹਾਂ। ਅਤੇ ਇਤਿਹਾਸ ਨੂੰ ਪੜ੍ਹਨਾ, ਸਮਝਣਾ ਅਤੇ ਇਤਿਹਾਸਿਕ ਵਰਤਾਰਿਆਂ ਦੇ ਉੱਪਰ ਧਿਆਨ ਦੇ ਕੇ ਉਹਨਾਂ ਦਾ ਚਿੰਤਨ ਕਰਨਾ, ਇਹ ਮੇਰਾ ਸ਼ੌਕ ਹੈ। ਪਰ ਮੈਂ ਥੋੜ੍ਹਾ ਜਿਹਾ ਇਹਨੂੰ ਸਮਝਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ, ਔਰ ਸਾਡੀ ਸਾਰਿਆਂ ਦੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਇਸ ਸਿਸਟਮ ਨੂੰ ਸਮਝੀਏ, ਕਿਉਂਕਿ ਜਿਹੜਾ ਸਾਡਾ ਇਤਿਹਾਸਿਕ, ਮਾਫ਼ ਕਰਨਾ, ਨਜ਼ਰੀਆ ਹੈ, ਉਹ ਇੰਨਾ ਜ਼ਿਆਦਾ ਐਕੂਰੇਟ ਹੋਣਾ ਚਾਹੀਦਾ ਇਹਦੇ ਪ੍ਰਤੀ, ਕਿਉਂਕਿ ਸਾਡੇ ਇਤਿਹਾਸਿਕ ਤਰੀਕਾਂ ਜਿਹੜੀਆਂ ਨੇ ਉਹ ਸਿਰਜੀਆਂ ਹੋਈਆਂ ਨੇ ਸਾਡੇ ਗੁਰੂ ਸਾਹਿਬਾਨ ਤੋਂ ਲੈ ਕੇ ਗੁਰੂ ਸਾਹਿਬ ਦੇ ਸਿੱਖਾਂ ਵੱਲੋਂ। ਸਾਡੇ ਨੂੰ ਇੱਕ ਇੱਕ ਤਰੀਕ ਦਾ ਪਤਾ, ਸਾਨੂੰ ਪਤਾ ਵੱਡਾ ਘੱਲੂਘਾਰਾ ਕਦੋਂ ਹੋਇਆ, ਸਾਨੂੰ ਪਤਾ ਛੋਟਾ ਘੱਲੂਘਾਰਾ ਕਦੋਂ ਹੋਇਆ, ਛੋਟੇ ਸਾਹਿਬਜ਼ਾਦੇ ਦੀ ਸ਼ਹੀਦੀ ਪਰਵ, ਵੱਡਿਆਂ ਦੇ ਸ਼ਹੀਦੀ ਦਿਵਸ, ਜਿੰਨੇ ਵੀ ਗੁਰਪੁਰਬ ਆਉਂਦੇ ਨੇ ਉਹਨਾਂ ਦਾ ਸਾਨੂੰ ਪਤਾ, ਉਹਨਾਂ ਦੀਆਂ ਤਰੀਕਾਂ ਵਾਲੀਆਂ ਦਾ ਪਤਾ ਹੈ। ਪਰ ਅਸੀਂ ਫਿਰ ਵੀ ਪਤਾ ਨਹੀਂ ਕਿਉਂ ਇਸ ਬ੍ਰਾਹਮਣਵਾਦੀ ਕੜੀ 'ਚੋਂ ਨਹੀਂ ਨਿਕਲਣਾ ਚਾਹੁੰਦੇ। ਹੁਣ ਦੂਸਰੇ ਪਾਸੇ ਜੇ ਅਸੀਂ ਇੱਕ ਗੱਲ ਵੇਖ ਲਈਏ, ਜਿਸ ਦਾ ਮੈਂ ਬਾਰ ਬਾਰ ਜ਼ਿਕਰ ਕਰ ਰਿਹਾ ਕਿ ਮੌਸਮੀ ਸਾਲ ਅਸੀਂ ਉਸ ਨੂੰ ਗਿਣਦੇ ਹਾਂ, ਜਿਸ ਤਰ੍ਹਾਂ ਤੁਸੀਂ ਇਸ ਗ੍ਰਾਫਿਕ ਪ੍ਰੈਜੈਂਟੇਸ਼ਨ 'ਚ ਵੇਖ ਸਕਦੇ ਹੋ ਕਿ ਜਦੋਂ ਧਰਤੀ ਸੂਰਜ ਦੁਆਲੇ ਘੁੰਮਦੀ ਹੈ, ਅਤੇ ਜਿਹਦਾ ਉਹਦਾ ਇੱਕ ਪੱਖ ਲੈ ਲਿਆ ਜਾਵੇ ਜਿਹਨੂੰ ਅਸੀਂ 20-21 ਜੂਨ ਨੂੰ ਵੱਡਾ ਦਿਨ ਆਖਦੇ ਹਾਂ, ਇਹਦਾ ਭਾਵ ਹੁੰਦਾ ਹੈ ਕਿ ਜਦੋਂ 20-21 ਜੂਨ ਦਾ ਵੱਡਾ ਦਿਨ ਹੁੰਦਾ ਹੈ, ਧਰਤੀ ਬਿਲਕੁਲ ਉੱਤਰ ਵਾਲੇ ਪਾਸੇ, ਬਿਲਕੁਲ ਉਤਰਾਇਣ ਦੇ ਵਿੱਚ ਹੁੰਦੀ ਹੈ, ਅਤੇ ਘੁੰਮਦੀ ਹੋਈ ਫਿਰ ਜਦੋਂ ਦੁਬਾਰਾ ਉਹ ਉਤਰਾਇਣ 'ਤੇ ਆਉਂਦੀ ਹੈ, ਜਿਹਦੇ ਨਾਲ 4 ਮੌਸਮ ਵੀ ਬਣਦੇ ਨੇ। ਇਹ ਸਾਰੇ ਉਸੇ ਕਰਕੇ ਬਣਦੇ ਨੇ ਕਿ ਜਦੋਂ ਧਰਤੀ ਹੈ ਸੂਰਜ ਦੁਆਲੇ ਘੁੰਮਦੀ ਵੱਖ ਵੱਖ ਦਿਸ਼ਾਵਾਂ ਦੇ ਵਿੱਚ ਜਾਂਦੀ ਹੈ। ਅਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ 12ਵਾਂ ਤੁਖਾਰੀ ਦੇ ਅਸਾੜ ਮਹੀਨੇ ਦੇ ਵਿੱਚ ਇੱਕ ਜ਼ਿਕਰ ਕੀਤਾ ਹੈ, ਰੱਥ ਫਿਰੇ ਛਾਇਆ ਧਨ ਤੱਕੈ ਟੀਡ ਲਵੇ ਮੰਝ ਬਾਰੇ। ਇਹਨੂੰ ਸਮਝਣ ਦੀ ਲੋੜ ਹੈ, ਇਹ ਹਾੜ ਦੇ ਮਹੀਨੇ ਦੇ ਵਿੱਚ ਗੁਰੂ ਸਾਹਿਬ ਨੇ ਰੱਥ ਫਿਰਨ ਦੀ ਪ੍ਰਕਿਰਿਆ ਨੂੰ ਦੱਸਿਆ। ਇਹ ਰੱਥ ਫਿਰਨ ਦੀ ਪ੍ਰਕਿਰਿਆ ਕੀ ਹੁੰਦੀ ਹੈ? ਮੈਂ ਕਹਿੰਦਾ ਤੁਸੀਂ ਆਧੁਨਿਕ ਟੀਕੇ ਨਾ ਪੜ੍ਹੋ, ਜੇਕਰ ਤੁਸੀਂ ਸੰਪਰਦਾਈ ਪ੍ਰਣਾਲੀਆਂ ਦੇ ਜਿਹੜੇ ਟੀਕੇ ਨੇ, ਸੰਤ ਕਿਰਪਾਲ ਸਿੰਘ ਜਿਹੜੇ ਨੇ ਅੰਮ੍ਰਿਤਸਰ ਦੀ ਟਕਸਾਲ ਵਾਲੇ ਜਾਂ ਫਰੀਦਕੋਟੀ ਟੀਕਾ, ਇਹਨਾਂ ਸਾਰਿਆਂ ਟੀਕਿਆਂ ਦਾ ਅਧਿਐਨ ਕਰ ਲਓ, ਇਹ ਤਾਂ ਪਾਲ ਸਿੰਘ ਪੁਰੇਵਾਲ ਨੇ ਨਹੀਂ ਬਣਾਏ ਜਾਂ ਇਹ ਟੀਕੇ ਮੈਂ ਨਹੀਂ ਬਣਾਏ, ਇਹ ਤਕਰੀਬਨ ਸਾਡੇ ਸੰਪਰਦਾਈ ਜਿਹੜੀਆਂ ਵਿਆਖਿਆ ਪ੍ਰਣਾਲੀਆਂ ਨੇ ਉਹਨਾਂ ਦਾ ਜ਼ਿਕਰ ਹੈ। ਉਹ ਰੱਥ ਫਿਰਨ ਨੂੰ ਕਹਿੰਦੇ ਨੇ ਕਿ ਜਦੋਂ 21-22 ਜੂਨ ਨੂੰ ਰੱਥ ਫਿਰਨ ਦੀ ਕਿਰਿਆ, ਧਰਤੀ ਦਾ ਉਤਰਾਇਣ ਤੋਂ ਦੁਖਸ਼ੈਣ ਨੂੰ ਜਾਣਾ, ਗੁਰੂ ਨਾਨਕ ਸੱਚੇ ਪਾਤਸ਼ਾਹ ਹਾੜ ਦੇ ਮਹੀਨੇ 'ਚ ਦੱਸਦੇ ਨੇ, ਜਿਹਨੂੰ 12ਵਾਂ 'ਚ ਅਸੀਂ ਅਸਾੜ ਕਹਿੰਦੇ ਹਾਂ।
उस आषाढ़ महीने च गुरु पातशाह कहिंदे ने रथ फिरे वड्डा दिन है क्योंकि धरती दे उस रथ फिरन की प्रक्रिया शुरू हो गई है। छाया धन ताके इन्ना वड्डा ते गर्मी का दिन धन इत्थे इस्त्री नूं कहा गया कि वह छां लभदी है तींड लवे गर्मी दे नाल बिंडे बोलते हैं कित्थे मंझ बारे उजाड़ां दे विच मंझ दा भाव है विचकार विच। सो इहदा भाव है कि गुरु नानक साहब हाड़ दे महीने दे विच उस रथ फिरन की प्रक्रिया जिहनूं असीं कहिंदे आ अंग्रेजी दे विच कि धरती दा नॉर्थ इक्यूनॉक्स तो साउथ वल नूं जिहड़ा सफर तय करना वह आरंभ हुंदी है। तो जेकर पुराने टीकाकारां नूं पढ़ीए तां कहिंदे ने कि 1469 दे विच जिस साल दे विच गुरु नानक सच्चे पातशाह दा संसार आगमन हुंदा है यह प्रक्रिया जिहड़ी है यह 15 हाड़ नूं वापरी। तो उस तों बाद गुरु गोबिंद सिंह महाराज का प्रगट दिवस 1666 दे विच 71 साल बाद एक दिन अगे 71 साल बाद एक दिन अगे ये दो दिन अगे चली गई। तो होया कि यह जड़े मौसमी कैलेंडर ते सूरजी कैलेंडर का अंतर सी इहदे नाल यह होया कि जिहड़ा सूरजी कैलेंडर सी वह दो दिन अगे चला गया एक दिन 15 तो 14 फिर 14 तो 13 तो 1666 दे विच जदों 22 जून सी उदों ये प्रक्रिया के मुताबिक सूरजी कैलेंडर का 13 हाड़ बनता है। हुण तुसीं एक ख्याल करो कि गुरु नानक सच्चे पातशाह दे आगमन पुरब के समय 1469 दे विच 21-22 जून का जिहड़ा रथ फिरन का दिन है वह 15 हाड़ बन रहा 15 आषाढ़ बन रहा है। दसम पातशाह गुरु गोबिंद सिंह महाराज के प्रकाश पुरब के साल के 1666 दे विच ये 13 हाड़ बन रहा है। तो अज 540-545 साल बाद असी वेखीए तो यह जिहड़ी प्रक्रिया है ये 7 हाड़ के करीब जिहड़ा 21-22 जून हो जाता है। तो गल केवल इत्थे नहीं है आने वाले 545 साल तुसीं 71 के उपर डिवाइड दिन करके वेखो तो जेडे 7-8 दिन बन गए जो तुसी उन्हां नू 7 हाड़ दे विच्चों माइनस करोगे घटा के वेखोगे तो 29-30 जेठ होगा। तो फिर जे असी उदों आषाढ़ महीने का ये पढ़ांगे 12 तुखारी दे विच के रथ फिरे छाया धन ताकै टीड लवै मंझ बारे ते सच जाणियो उदों की साडी गुरमत विचारधारा दीआं इन्हां व्याख्या प्रणालियां दे उपर असर नहीं पवेगा कि हाड़ दे महीने च रथ फिरदा है जदों कि उदों महीना जेठ दा होवेगा। जेकर 71 सालां बाद एक एक दिन की जिहड़ी प्रक्रिया है जे इहनूं समझीए तां सरदार पाल सिंह पुरेवाल होणां ने एक बहुत सुंदर उदाहरण दित्ती सी कि जे सन एक सी जदों सन एक दे विच जिहड़ा वसाख है वह 13 मार्च का बनता है सन 2000 दे विच ये 14 अप्रैल का बनता है यानी कि 2000 सालां दे विच 30 दिन का फर्क पै गया है। तो इस तरह 2000 साल का तुसी करके अगे जेकर फर्क गिणते जाओ एक वसाख 15 अक्तूबर नूं होवेगा तो असी 12 मास का शब्द पढ़ रहे होवांगे विसाख धीरन क्यों वाढ़ियाँ जिन्ना प्रेम विशो। तो सच जाण्यो उदों वाढ़ियाँ दे दिन नहीं होणगे बल्कि कणक की बिजाई दे दिन होणगे। तो कुछ वीर भी सवाल कर देंदे ने वो ये सवाल कर देंदे ने कि इहदे नाल की असर पवेगा हुण भी किहड़ी गुरबाणी जिहड़ी जो गल्लां कह रही है समुचे विश्व दे विच उह नहीं वापर रहियां हुंदियां जदों इत्थे सर्दी दे दिन हुंदे ने आस्ट्रेलिया न्यूजीलैंड दे विच गर्मी हुंदी है जदों इत्थे विसाख दे महीने की गर्मी हुंदी है उत्थे ठंड हुंदी है। मैं एक बेनती कर देवां कि गुरबाणी का जिहड़ा सिधांत विचारधारा ते फलसफा है वह मनुखता दे भले दे वास्ते सर्वव्यापी है पर गुरबाणी दे विच आईयां रुत्तां महीनियां ते उन्हां दीआं गैर प्रणालियां नूं जिस खित्ते दे विच बाणी उचारी गई है उहनूं आधार मन के कीता जांदा है। तुसीं इह गल वी छड्ड दिओ तो जिन्नियां वी कौमां ने अपने कैलेंडर तैयार कीते ने उहनां ने अपने केंद्रीय धर्म स्थान नूं मूल स्थान मन्निआ है। हिंदू धर्म का जिहड़ा कैलेंडर है उहदे विच सूरज का जिहड़ा चढ़न का ते उतरन का समा है जिहनूं असीं कहिंदे हां कि चढ़न ते छिपन का समा जां फिर इह सारा जिहड़ा उहनां ने मूल स्थान लिया है उजैन लिया है इसे तरह ईसाई मत ने अपना लिया है। तो जिहड़ा पाल सिंह पुरेवाल हुणां ने नानक शाही कैलेंडर तैयार किया सी उहदे विच समें का केंद्र श्री हरिमंदर साहब अमृतसर नूं लिया गया। सो वह जड़िया रुत्तां ने वह जड़ा पंजाब दे सिखां दा मूल करम ते जन्म भूमि है वो मुताबिक वह रुत्तां जड़िया ने वह हमेशा ही मौसमी साल दे नाल एक रूप हो जाणियां सी। ते जड़ा सरदार पाल सिंह पुरेवाल ने कैलेंडर तैयार किया है वह कैलेंडर जड़ा है उहदे विच एक साल का सूरजी ते मौसमी साल का फर्क जड़ा है वह केवल 24 सैकेंड का रह जाता है। तो आने वाले 3300 साल तक तुहाडियां इही तरीका रहणियां सी
ਭਾਵ ਕਿ 8 ਪੋਹ ਨੂੰ ਜੇਕਰ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਹੈ ਤਾਂ ਉਹ 21 ਦਸੰਬਰ ਨੂੰ ਹੀ ਆਉਣਾ ਸੀ, 13 ਪੋਹ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਜਿਹੜਾ ਹੈ ਉਹ 26 ਦਸੰਬਰ ਨੂੰ ਹੀ ਆਉਣਾ ਸੀ, ਅਤੇ 23 ਪੋਹ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਗਟ ਦਿਹਾੜਾ ਹਮੇਸ਼ਾ 5 ਜਨਵਰੀ ਨੂੰ ਵੀ ਆਉਣਾ ਸੀ ਆਉਣ ਵਾਲੇ 3300 ਸਾਲ ਬਾਅਦ। ਦੋਸਤੋ ਜੇਕਰ ਉਹਨਾਂ ਨੇ ਇਹਨਾਂ ਤਰੀਕਾਂ ਨੂੰ ਨਿਰਧਾਰਿਤ ਕੀਤਾ ਤਾਂ ਇਹਦੇ ਵਿੱਚ ਕੀ ਨੁਕਸਾਨ ਹੋ ਗਿਆ ਸਾਡੇ ਸਾਹਮਣੇ? ਪਹਿਲਾ ਸਵਾਲ ਤਾਂ ਇਹ ਹੈ। ਅਤੇ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਇਸ ਸਾਲ ਦੇ ਵਿੱਚ ਤੁਸੀਂ ਵੇਖਿਆ ਹੈ ਕਿ ਇਸ ਤਰ੍ਹਾਂ ਕਰ ਦਿੱਤਾ ਗਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਪ੍ਰਕਾਸ਼ ਦਿਹਾੜਾ ਸੀ ਉਹ 28 ਦਸੰਬਰ ਨੂੰ ਮਨਾਇਆ ਗਿਆ, ਅਤੇ 28 ਦਸੰਬਰ ਨੂੰ 13 ਪੋਹ ਸੀ, ਅਤੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਵੀ 13 ਪੋਹ ਨੂੰ ਬਣਦਾ, ਉਹ 26 ਨੂੰ ਮਨਾ ਲਿਆ, ਉਸ ਦਿਨ 11 ਪੋਹ ਸੀ। ਸੋ ਨਾ ਤਾਂ ਬਿਕਰਮੀ ਕੈਲੰਡਰ ਦਾ ਖਿਆਲ ਕੀਤਾ ਗਿਆ ਅਤੇ ਨਾ ਪੁਰੇਵਾਲ ਵੱਲੋਂ ਬਣਾਏ ਗਏ ਨਾਨਕਸ਼ਾਹੀ ਕੈਲੰਡਰ ਦਾ ਖਿਆਲ ਕੀਤਾ ਗਿਆ। ਜੇਕਰ ਸਹੀ ਅਰਥਾਂ 'ਚ ਵੇਖੀਏ ਤਾਂ ਅਸੀਂ ਉਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਗਟ ਦਿਹਾੜਾ ਮਨਾ ਰਹੇ ਸੀ ਜਿਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਸਰਹੰਦ ਦੇ ਵਿੱਚ ਸ਼ਹੀਦ ਕੀਤੇ ਜਾ ਰਹੇ ਸੀ। ਸੋ ਇਹ ਇੱਕ ਬੜੀ ਸਿੱਧੀ ਜਿਹੀ ਕੈਲਕੂਲੇਸ਼ਨ ਹੈ ਕਿ ਇਸ ਤਰ੍ਹਾਂ ਦੇ ਨਾਲ ਜਿਹੜਾ ਸਾਡਾ ਹੈ ਉਹ ਇਤਿਹਾਸਿਕ ਤਰੀਖਾਵਲੀ ਦੇ ਉੱਪਰ ਜਿਹੜਾ ਉਹ ਅੰਤਰ ਪੈ ਰਿਹਾ ਹੈ। ਸਾਡੀ ਗੁਰਬਾਣੀ ਸਮੁੱਚੀ ਰਾਗਾਂ ਦੇ ਵਿੱਚ ਹੈ, ਰਾਗਾਂ ਦਾ ਮੌਸਮਾਂ ਔਰ ਰੁੱਤਾਂ ਦੇ ਨਾਲ ਬੜਾ ਗਹਿਰਾ ਸੰਬੰਧ ਹੁੰਦਾ ਹੈ, ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ। ਉਹ ਅਸੀਂ ਤਾਂ ਆਪਣੇ ਇਤਿਹਾਸ ਨੂੰ ਮਿਥਿਹਾਸ ਬਣਾਉਂਦੇ ਜਾ ਰਹੇ ਹਾਂ, ਅਤੇ ਸੱਚ ਜਾਣਿਓ ਜਿਨ੍ਹਾਂ ਲੋਕਾਂ ਦਾ ਮਿਥਿਹਾਸ ਸੀ, ਮੈਂ ਦੋ ਉਦਾਹਰਨਾਂ ਤੁਹਾਨੂੰ ਦਿੰਦਾ ਹੈ, ਵਕਤ ਮੇਰਾ ਸਮਾਪਤ ਹੋ ਗਿਆ ਤਕਰੀਬਨ। ਪਹਿਲੀ ਗੱਲ ਤਾਂ ਅਸੀਂ ਅਕਸਰ ਕਹਿੰਦੇ ਸੀ ਕਿ ਹਿੰਦੂ ਧਰਮ ਦੇ ਕੋਲ ਇਤਿਹਾਸ ਨਹੀਂ, ਮਿਥਿਹਾਸ ਨਹੀਂ ਹੈ, ਸਾਨੂੰ ਨਹੀਂ ਪਤਾ ਲੱਗਦਾ ਬ੍ਰਹਮੇ ਦਾ ਜਨਮ ਕਦੋਂ ਹੋਇਆ, ਵਿਸ਼ਨੂੰ ਦਾ ਜਨਮ ਕਦੋਂ ਹੋਇਆ, ਸ਼ਿਵ ਦਾ ਕਦੋਂ ਹੋਇਆ, ਇੰਦਰ ਦਾ ਕਦੋਂ ਹੋਇਆ, ਮਹਾਦੇਵ ਦਾ ਕਦੋਂ ਹੋਇਆ, ਰਾਮ ਦਾ ਕਦੋਂ ਹੋਇਆ, ਕ੍ਰਿਸ਼ਨ ਦਾ ਕਦੋਂ ਹੋਇਆ, ਕੰਸ ਦਾ ਕਦੋਂ ਹੋਇਆ। ਉਹਨਾਂ ਦੇ ਕੋਲ ਇਤਿਹਾਸ ਦਾ ਕੋਈ ਕ੍ਰੋਨੋਗ੍ਰਾਫਿਕ ਫੇਸ ਨਹੀਂ ਸੀ ਹੈਗਾ, ਪਰ ਉਹਨਾਂ ਨੇ, ਜੇਕਰ ਤੁਸੀਂ ਮਾਫ਼ ਕਰਨਾ ਥੋੜ੍ਹਾ ਪਿੱਛੇ ਚਲੇ ਜਾਓ, ਨਵੰਬਰ 2003 ਦੀ ਟਾਈਮਸ ਆਫ ਇੰਡੀਆ ਅਖਬਾਰ ਮੇਰੇ ਕੋਲ ਸਾਂਭੀ ਪਈ ਹੈ, ਉਹਦੇ ਵਿੱਚ ਇੱਕ ਰਿਟਾਇਰਡ IRS ਆਫੀਸਰ ਸਰੋਜ ਬਾਲਾ ਦਾ ਆਰਟੀਕਲ ਆਇਆ ਸੀ ਜਿਹਨੇ ਕਿ ਆਪਣੇ ਪੁਰਾਤਨ ਗ੍ਰੰਥਾਂ ਦੇ ਵਿੱਚੋਂ ਕਿਸੇ ਤਰ੍ਹਾਂ ਦੇ ਨਾਲ ਗ੍ਰਹਿ ਚਾਲ ਅਤੇ ਪ੍ਰਵਿਸ਼ਟਿਆਂ ਦੀ ਕੈਲਕੂਲੇਸ਼ਨ ਕਰਕੇ ਰਾਮ ਭਗਵਾਨ ਦੀ ਬਰਥ ਡੇਟ ਨੂੰ ਡਿਸਾਈਡ ਕੀਤਾ ਹੈ ਬਿਫੋਰ ਕ੍ਰਾਈਸਟ ਦੀ 10 ਜਨਵਰੀ 5114 ਸਾਲ ਪਹਿਲਾਂ। ਮੈਂ ਇਹ ਨਹੀਂ ਕਹਿੰਦਾ ਕਿ ਮੈਂ ਇਸ ਤਰੀਕੇ ਨਾਲ ਸਹਿਮਤ ਹਾਂ, ਪਰ ਉਹਨਾਂ ਨੇ ਆਪਣੇ ਮਿਥਿਹਾਸ ਨੂੰ ਕ੍ਰੋਨੋਗ੍ਰਾਫਿਕ ਫੇਸ ਦੇਣ ਦੀ, ਤਾਰੀਖਾਵਲੀ ਦਾ ਚਿਹਰਾ ਦੇਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ। ਇਸੇ ਤਰ੍ਹਾਂ ਹੀ 1999 ਦੇ RSS ਵੱਲੋਂ ਪ੍ਰਕਾਸ਼ਿਤ ਇੱਕ ਮੈਗਜ਼ੀਨ ਰਵਾਨੀ ਦੇ ਵਿੱਚ ਇੱਕ ਆਰਟੀਕਲ ਆਇਆ ਸੀਗਾ, ਉਹਦੇ ਵਿੱਚ ਇਹ ਸੀਗਾ ਕਿ ਭਗਵਾਨ ਰਾਮ ਦਾ ਜਿਹੜਾ ਅਯੁੱਧਿਆ ਆਗਮਨ ਹੈ ਉਹ ਕੱਤਕ ਦੇ ਵਿੱਚ ਨਹੀਂ ਹੈਗਾ। ਉਹਨਾਂ ਨੇ ਦੋ ਹਵਾਲੇ ਦਿੱਤੇ ਸੀ, ਪਹਿਲਾਂ ਤਾਂ ਉਹਨਾਂ ਨੇ ਦਿੱਤਾ ਸੀਗਾ ਬਾਲਮੀਕੀ ਰਮਾਇਣ ਦੇ ਵਿੱਚੋਂ, ਪੂਰਨ ਚੇਤਰ ਦੇਸ਼ ਵਰਚ ਹੈ ਪੰਚ ਮਾਨਿਆ ਲਕਸ਼ਤਾਮ ਹੈ, ਜਿਹਦਾ ਭਾਵ ਸੀ ਕਿ ਚੇਤ ਨੂੰ ਭਗਵਾਨ ਰਾਮ ਜਿਹੜੇ ਨੇ ਉਹ ਵਾਪਸ ਆਏ ਨੇ। ਨਾਲ ਹੀ ਉਹਨਾਂ ਨੇ ਪਦਮ ਪੁਰਾਣ ਦੇ ਪਤਾਲ ਖੰਡ ਦੇ ਵਿੱਚੋਂ ਇੱਕ ਹਵਾਲਾ ਦਿੱਤਾ ਸੀ, ਸੰਸਕਾਰੋ ਰਾਵਣ ਨਾਮ ਦੀ ਅਮੱਸਿਆ ਦਿਨੇ ਭਵਤ, ਕਿ ਰਾਵਣ ਦਾ ਜਿਹੜਾ ਸੰਸਕਾਰ ਹੈ ਉਸ ਮਹੀਨੇ ਦੀ ਮੱਸਿਆ ਨੂੰ ਹੋਇਆ। ਸੋ ਉਹਨਾਂ ਨੇ ਜੇਕਰ ਚੇਤ ਨੂੰ ਭਗਵਾਨ ਰਾਮ ਦਾ ਆਗਮਨ ਮਿੱਥ ਲਿਆ ਤਾਂ ਮੇਰੇ ਖਿਆਲ ਦੇ ਨਾਲ ਉਹ ਮਾਰਚ ਦੀ ਕੋਈ ਤਰੀਕ ਹੋਵੇਗੀ, ਫਿਰ ਸਾਡੇ ਸਾਹਮਣੇ ਇਹ ਸਮੱਸਿਆ ਆਵੇਗੀ ਕਿ ਅਸੀਂ ਆਪਣਾ ਬੰਦੀ ਛੋੜ ਦਿਵਸ ਵੱਖਰਾ ਰੱਖਣਾ, ਜਾਂ ਫਿਰ ਜਦੋਂ ਉਹ ਦੀਵਾਲੀ ਮਨਾਉਣਗੇ ਅਸੀਂ ਉੱਥੇ ਲੈ ਕੇ ਜਾਣਾ। ਸੋ ਇਹ ਬਹੁਤ ਜ਼ਿਆਦਾ ਇੱਕ ਚਿੰਤਨ ਦੀ ਲੋੜ ਹੈ, ਗੰਭੀਰਤਾ ਦੀ ਲੋੜ ਹੈ, ਸੁਹਿਰਦਤਾ ਦੀ ਲੋੜ ਹੈ, ਸਿਰ ਜੋੜਨ ਦੀ ਲੋੜ ਹੈ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਮੁੱਦੇ ਦੇ ਉੱਪਰ ਇੱਕਮੁੱਠ ਹੋ ਸਕੀਏ ਅਤੇ ਆਪਣੀ ਵਿਅਖਰ ਨਿਆਰੀ ਅਤੇ ਵਿਲੱਖਣ ਜਿਹੜੀ ਹਸਤੀ ਹੈ ਉਹਦੀ ਪਛਾਣ ਨਾਨਕਸ਼ਾਹੀ ਕੈਲੰਡਰ, ਮੈਂ ਕਹਿੰਦਾ ਇਸ ਗੱਲ ਨੂੰ ਲਾਂਭੇ ਵੀ ਰੱਖ ਲਈਏ ਤਾਂ ਸਾਡੀ ਆਉਣ ਵਾਲੀ ਭਵਿੱਖ ਦੀਆਂ ਨਸਲਾਂ ਦੀ ਇਤਿਹਾਸ ਅਤੇ ਗੁਰਮਤ ਵਿਚਾਰਧਾਰਾ ਦੇ ਮੁਤਾਬਕ ਵਾਪਰਦੇ ਮੌਸਮੀ ਵਰਤਾਰਿਆਂ ਨੂੰ ਇੱਕ ਰੂਪ ਦੇ ਵਿੱਚ ਰੱਖਣ ਦੇ ਵਾਸਤੇ ਨਾਨਕਸ਼ਾਹੀ ਕੈਲੰਡਰ ਦੀ ਜਿਹੜੀ ਲੋੜ ਹੈ ਉਹਦੀ ਅਹਿਮੀਅਤ ਨੂੰ ਸਮਝੀਏ। ਜੇਕਰ ਉਹਦੇ 'ਚ ਕੋਈ ਤਰੁੱਟੀ ਘਾਟ ਜਾਂ ਡਰਾਬੈਕ ਨਜ਼ਰ ਆਉਂਦੀ ਹੈ ਉਹਦੇ ਉੱਪਰ ਬਹਿ ਕੇ ਅਸੀਂ ਚਰਚਾ ਕਰੀਏ, ਪਰ ਇਸ ਤਰ੍ਹਾਂ ਦੇ ਨਾਲ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਕੇ ਭਵਿੱਖ ਦੀ ਪੀੜ੍ਹੀ ਦੇ ਦੋਸ਼ੀ ਨਾ ਬਣੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।